ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਪ੍ਰਾਈਮ ਏਸ਼ੀਆ ਦੇ ਵਿਹੜੇ ਇੱਕ ਅਦਬੀ ਸ਼ਖਸੀਅਤ ਪਹੁੰਚੀ ਹੋਈ ਹੈ। ਉਹਨਾਂ ਦੇ ਨਾਲ ਅਸੀਂ ਪੰਜਾਬੀਅਤ ਦੇ ਮੁਤਾਲਕ, ਪੰਜਾਬੀ ਸਾਹਿਤ ਦੇ ਮੁਤਾਲਕ ਗੱਲਾਂ ਬਾਤਾਂ ਕਰਾਂਗੇ। ਪੰਜਾਬੀ ਅੱਜ ਕੱਲ੍ਹ ਕਿੱਥੇ ਕੁ ਖਲੋਤੀ ਹੈ ਅਤੇ ਕੀ ਇਸ ਨੂੰ ਬਣਦਾ ਸਰਦਾ ਸਤਿਕਾਰ ਮਾਣ ਪੰਜਾਬ ਤੋਂ ਬਾਹਰ ਮਿਲ ਰਿਹਾ ਹੈ ਜਾਂ ਫਿਰ ਨਹੀਂ, ਜਾਂ ਪੰਜਾਬ ਵਿੱਚ ਵੀ ਇਸ ਦੀ ਕੀ ਹਾਲਤ ਹੈ। ਬਹੁਤ ਸਾਰੇ ਲੋਕ ਇਸ ਗੱਲ ਬਾਰੇ ਅਕਸਰ ਚਿੰਤਾ ਪ੍ਰਗਟ ਕਰਦੇ ਰਹਿੰਦੇ ਨੇ। ਅੱਜ ਸਾਡੇ ਕੋਲ ਪੰਜਾਬੀ ਅਕੈਡਮੀ ਦਿੱਲੀ ਤੋਂ ਉਹਨਾਂ ਦੇ ਸਕੱਤਰ ਸਰਦਾਰ ਗੁਰਭੇਜ ਸਿੰਘ ਗੁਰਾਇਆ ਉਚੇਚੇ ਤੌਰ 'ਤੇ ਪਹੁੰਚੇ ਹੋਏ ਨੇ। ਆਓ ਗੁਰਾਇਆ ਸਾਹਿਬ ਦਾ ਪਹਿਲਾਂ ਸਵਾਗਤ ਕਰੀਏ ਅਤੇ ਫਿਰ ਬਹੁਤ ਸਾਰੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਟਾਈਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਬੈਣੀਪਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਇਹ ਮੌਕਾ ਦਿੱਤਾ ਕਿ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਸਕੀਏ। ਗੁਰਾਇਆ ਸਾਹਿਬ, ਮੈਨੂੰ ਇਹ ਦੱਸਿਓ, ਮੈਂ ਪੰਜਾਬੀ ਅਕੈਡਮੀ ਦੇ ਬਾਬਤ ਜਿੰਨਾ ਕੁ ਜਾਣਿਆ ਪੜ੍ਹਿਆ, ਮੈਨੂੰ ਲੱਗਿਆ ਕਿ ਪੰਜਾਬੀ ਵਾਸਤੇ ਲੰਬੇ ਸਮੇਂ ਤੋਂ ਚੰਗਾ ਅਤੇ ਚੋਖਾ ਕੰਮ ਕਰ ਰਹੀ ਹੈ। ਹੁਣ ਤੁਸੀਂ ਉਸਦੇ ਸਕੱਤਰ ਹੋ, ਅਹਿਮ ਅਹੁਦੇ 'ਤੇ ਬੈਠੇ ਹੋ, ਦਿੱਲੀ ਵਿੱਚ ਰਹਿੰਦੇ ਹੋਏ ਪੰਜਾਬੀ ਦੀ ਇਸ ਵਕਤ ਕੀ ਸਥਿਤੀ ਹੈ ਜੀ? ਇਸ ਤਰ੍ਹਾਂ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਪੰਜਾਬੀ ਅਕੈਡਮੀ ਬਾਰੇ ਦੱਸਾਂਗਾ, ਕਿਉਂਕਿ ਪੰਜਾਬੀ ਅਕਾਦਮੀ ਜੀ ਸਰਕਾਰੀ ਤੌਰ 'ਤੇ ਭਾਰਤ ਵਿੱਚ ਸਾਰਿਆਂ ਨਾਲੋਂ ਪਹਿਲਾ ਅਦਾਰਾ ਸੀ। ਅੱਛਾ ਜੀ। ਜਿਹੜਾ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ, ਪੰਜਾਬੀ ਸੱਭਿਆਚਾਰ ਦੇ ਵਿਕਾਸ ਵਾਸਤੇ ਬਣਿਆ ਜੀ, ਔਰ ਇਹਨੇ ਦਿੱਲੀ 'ਚ ਬਹੁਤ ਕੰਮ ਕੀਤਾ। ਔਰ ਦਿੱਲੀ 'ਚ ਪੰਜਾਬੀ ਭਾਸ਼ਾ ਦੀ ਜਿਹੜੀ ਵੀ ਸਥਿਤੀ ਅੱਜ ਹੈ, ਉਹਦੇ 'ਚ ਪੰਜਾਬੀ ਅਕੈਡਮੀ ਦਾ ਬਹੁਤ ਅਹਿਮ ਰੋਲ ਆ, ਕਿਉਂਕਿ ਦਿੱਲੀ 1947 ਤੋਂ ਬਾਅਦ ਪੰਜਾਬੀਆਂ ਦੀ ਸੀ ਜੀ। ਪੰਜਾਬੀ ਭਾਈਚਾਰੇ ਨੇ ਬਹੁਤ ਦਿੱਲੀ ਦੀ ਤਰੱਕੀ ਲਈ ਕੰਮ ਕੀਤਾ, ਔਰ ਪੰਜਾਬੀ ਅਕਾਦਮੀ ਨੇ ਉਸ ਸੱਭਿਆਚਾਰ ਨੂੰ, ਉਸ ਭਾਸ਼ਾ ਨੂੰ, ਉਸ ਵਿਰਾਸਤ ਨੂੰ ਬਚਾਉਣ ਲਈ ਬਹੁਤ ਵਧੀਆ ਕੰਮ ਕੀਤੇ ਜੀ। ਸੋਹਣ, ਮੈਂ ਪੁੱਛਣਾ ਚਾਹੁੰਦਾ ਸੀ ਕਿ ਦਿੱਲੀ ਦੇ ਵਿੱਚ ਅੱਜ ਦੀ ਸਥਿਤੀ, ਅਜੋਕੀ ਸਥਿਤੀ ਕੀ ਹੈ ਜੀ? ਨਹੀਂ, ਸਥਿਤੀ ਬਹੁਤ ਬਿਹਤਰ ਹੈ ਜੀ। ਸਕੂਲਾਂ ਕਾਲਜਾਂ 'ਚ ਪੰਜਾਬੀ ਪੜ੍ਹਾਈ ਜਾਂਦੀ ਹੈ, ਪੰਜਾਬੀ ਦਾ ਕੰਮ ਵੀ ਹੋ ਰਿਹਾ, ਸਾਹਿਤਕ ਤੌਰ 'ਤੇ ਵੀ ਹੋ ਰਿਹਾ, ਯੂਨੀਵਰਸਿਟੀ 'ਚ ਵੀ ਪੜ੍ਹਾਈ ਜਾਂਦੀ ਹੈ, ਕਾਲਜਾਂ 'ਚ ਵੀ ਪੜ੍ਹਾਈ ਜਾਂਦੀ ਹੈ, ਸਕੂਲਾਂ 'ਚ ਵੀ ਪੜ੍ਹਾਈ ਜਾਂਦੀ ਹੈ। ਔਰ ਇੱਕ ਜਿਹੜੀ ਗੱਲ 2016 'ਚ ਹੋਈ, ਉਹ ਮੈਨੂੰ ਲੱਗਦਾ ਕਿ ਕਾਫੀ ਬਿਹਤਰ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ਪਹਿਲਾਂ ਇਹ ਸੀ ਕਿ ਜੇ ਕਿਸੇ ਸਕੂਲ ਵਿੱਚ 6 ਬੱਚੇ ਘੱਟੋ ਘੱਟ ਸਕੂਲ 'ਚ 6 ਬੱਚੇ ਘੱਟੋ ਘੱਟ ਜੇ ਪੰਜਾਬੀ ਪੜ੍ਹਨ ਵਾਸਤੇ ਓਪਟ ਕਰਨਗੇ ਤਾਂ ਉੱਥੇ ਪੰਜਾਬੀ ਦਾ ਅਧਿਆਪਕ ਦਿੱਤਾ ਜਾਂਦਾ ਸੀ। ਪਰ 2016 ਤੋਂ ਬਾਅਦ ਬੈਂਪਲ ਸਾਹਿਬ ਇਹ ਗੱਲ ਹੋਈ ਹੈ ਕਿ ਜੇ ਇੱਕ ਬੱਚਾ ਵੀ ਉੱਥੇ ਪੰਜਾਬੀ ਪੜ੍ਹਨੀ ਚਾਹੁੰਦਾ ਆ ਤਾਂ ਉੱਥੇ ਸਕੂਲ ਦੇ ਵਿੱਚ ਅਧਿਆਪਕ ਜਿਹੜਾ ਆ ਉਹ ਸਰਕਾਰੀ ਤੌਰ 'ਤੇ ਦਿੱਤਾ ਜਾਏਗਾ, ਔਰ ਉਹ ਅਧਿਆਪਕ ਜਿਹੜਾ ਉਹ ਪੰਜਾਬੀ ਅਕੈਡਮੀ ਰਾਹੀਂ ਦਿੱਤਾ ਜਾਂਦਾ। ਵਾਹ, ਬਹੁਤ ਅੱਛੀ ਗੱਲ ਆ। ਅੱਛਾ, ਮੈਨੂੰ ਇਹ ਦੱਸਿਓ, ਵਿੱਚੇ ਵਿਚਾਲੇ ਲੋਕ ਰੌਲਾ ਇਹ ਪਾਉਂਦੇ ਨੇ ਕਿ ਜਦੋਂ ਦੀ ਆਹ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਦਿੱਲੀ ਦੇ ਵਿੱਚ, ਕੇਜਰੀਵਾਲ ਸਰਕਾਰ ਹੈ, ਇਹ ਤਾਂ ਪੰਜਾਬੀ ਦੀ ਦੁਸ਼ਮਣ ਹੈ। ਤੁਸੀਂ ਇਸ ਦੀ ਬਿਲਕੁਲ ਗੱਲ ਉਲਟ ਦੱਸ ਰਹੇ ਹੋ ਕਿ ਪਹਿਲਾਂ 6 ਬੱਚੇ ਚਾਹੀਦੇ ਸੀ, ਹੁਣ ਉਹ ਕਹਿੰਦੇ ਸਰਕਾਰੀ ਸਕੂਲ ਜੇ 1 ਬੱਚਾ ਵੀ ਤਾਂ ਵੀ ਪੜਾਇਆ ਜਾਏਗਾ। ਦੇਖੋ, ਇਸ ਤਰ੍ਹਾਂ ਜੀ, ਇਹ ਤੁਹਾਡਾ ਜਿਹੜਾ ਸਵਾਲ ਵੀ ਹੈ, ਇਹ ਬਹੁਤ ਜ਼ਿਆਦੀਆਂ ਰਾਜਨੀਤਿਕ ਗੱਲਾਂ ਨੇ, ਮੇਰਾ ਉਹ ਅਧਿਕਾਰ ਖੇਤਰ ਨਹੀਂ। ਅੱਛਾ, ਪਰ ਮੈਂ ਤਾਂ ਜੋ ਅਸਲੀਅਤ 'ਚ ਹੈ ਉਹ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਪੰਜਾਬੀ ਦੇ ਅਧਿਆਪਕ ਪੰਜਾਬੀ ਅਕੈਡਮੀ ਦੇ ਕੋਲ ਸੀਗੇ ਜੀ, ਉਹਨਾਂ ਦੀ ਤਨਖਾਹ 2016 ਤੋਂ ਬਾਅਦ ਕਾਫੀ ਜ਼ਿਆਦਾ ਵਧਾਈ ਗਈ। ਅੱਛਾ ਜੀ। ਔਰ ਜਿਹੜੇ ਉਹਨਾਂ ਜਿਹੜੇ ਉਹ ਅਧਿਆਪਕ ਸੀਗੇ, ਉਹਨਾਂ ਦਾ ਜਿਹੜਾ ਪੁਰਾਣਾ ਏਰੀਅਰ 2010 ਤੱਕ ਦਾ ਪਿਆ ਸੀਗਾ, ਉਹ ਵੀ 2016 ਤੋਂ ਬਾਅਦ ਦਿੱਤਾ ਗਿਆ। ਮੈਂ ਇਹ ਗੱਲ ਤੁਹਾਨੂੰ ਰਿਕਾਰਡ ਦੇ ਹਿਸਾਬ ਨਾਲ ਕਹਿ ਸਕਦਾ ਕਿ 2017 ਦੇ ਵਿੱਚ ਮੈਂ ਜਿਹੜੇ ਪੰਜਾਬੀ ਦੇ ਟੀਚਰ ਸੀਗੇ ਉਹਨਾਂ ਨੂੰ ਤਕਰੀਬਨ 9 ਕਰੋੜ ਦੇ ਕਰੀਬ ਉਹਨਾਂ ਦਾ ਪਿਛਲਾ ਏਰੀਅਰ ਦਿੱਤਾ ਸੀ, ਜਿਹੜਾ ਨਹੀਂ ਦਿੱਤਾ ਗਿਆ। ਅੱਛਾ ਜੀ। ਅਤੇ ਪਹਿਲਾਂ 6 ਬੱਚਿਆਂ ਦੀ ਗੱਲ ਸੀ, ਹੁਣ 1 ਬੱਚੇ ਦੀ ਗੱਲ ਆ। ਮੈਂ ਤਾਂ ਸਿਰਫ ਇਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰ ਰਿਹਾ, ਇਹ ਜੋ ਹੋ ਰਿਹਾ ਹੋ ਰਿਹਾ, ਔਰ ਇਹ ਤਾਂ ਕੋਈ ਵੀ ਇਨਸਾਨ ਆਰਟੀ ਲਾ ਕੇ ਵੀ ਪੁੱਛ ਸਕਦਾ, ਕਿਉਂਕਿ ਅਸੀਂ ਇਹ ਦੱਸ ਰਹੇ ਹਾਂ ਕਿ 9 ਕਰੋੜ ਦੇ ਕਰੀਬ ਤਾਂ ਅਸੀਂ ਅਧਿਆਪਕਾਂ ਦੀਆਂ ਜਿਹੜੀਆਂ ਵਧੀਆਂ ਹੋਈਆਂ ਤਨਖਾਹਾਂ ਦਾ ਏਰੀਅਰ ਸੀਗਾ ਬਕਾਇਆ, ਉਹ ਵੀ ਦੇ ਦਿੱਤਾ। ਹੁਣ ਮੈਨੂੰ ਇਹ ਦੱਸਿਓ ਗੁਰਾਂ ਸਾਹਿਬ ਕਿ ਇਹ ਜਿਹੜਾ ਪਹਿਲਾਂ 6 ਸੀ ਅਤੇ ਹੁਣ 1 ਬੱਚੇ ਵਾਲੀ ਗੱਲ, ਇਹਨੂੰ ਪੰਜਾਬੀ ਅਕੈਡਮੀ ਨੇ ਕਿਹਾ ਕਿ ਇੰਝ ਹੋਣਾ ਚਾਹੀਦਾ ਜਾਂ ਸਰਕਾਰ ਦੀ ਆਪਣੀ ਕੋਈ ਨੀਤੀ? ਨਹੀਂ, ਇਹਦੇ 'ਚ ਇਸ ਤਰ੍ਹਾਂ ਸੀ, ਸਰਕਾਰ ਨੇ ਉਹ ਸਿਰਫ ਪੰਜਾਬੀ ਵਾਸਤੇ ਇਕੱਲੀ ਵਾਸਤੇ ਨਹੀਂ ਕੀਤਾ, ਉਹਦੇ 'ਚ ਇਹ ਹੈ ਕਿ ਦਿੱਲੀ ਦੇ ਵਿੱਚ 3 ਭਾਸ਼ੀ ਫਾਰਮੂਲਾ ਸੀ, ਉਰਦੂ ਦੇ ਵੀ ਇਸੇ ਤਰ੍ਹਾਂ ਹੀ ਹੈ ਔਰ ਪੰਜਾਬੀ ਦੇ ਵੀ ਇਸੇ ਤਰ੍ਹਾਂ ਹੀ ਹੈ। ਜੇ ਉਰਦੂ ਦੇ ਬੱਚੇ ਵੀ ਕਿਸੇ ਸਰਕਾਰੀ ਸਕੂਲ 'ਚ
एक बच्चा उर्दू पढ़ना चाहता है तो उत्थे अध्यापक दिता जाएगा, जे पंजाबी का एक बच्चा पढ़ना चाहता है तो उन्होंने अध्यापक दिता जाएगा, ये बराबर है दोनों। अच्छा, और ये ना उर्दू अकैडमी का कोई रोल आ ना पंजाबी अकैडमी का रोल आ, ये कि सरकार ने ये स्कीम लागू करके तो हदायत कुछ दोवे अकैडमीज़ में भी दिखा कि जिते तुम अध्यापक दे सकते हो उत्थे तुम दो, और जिते सरकार दे सकती है उत्थे सरकार ने पंजाबी दे जिहड़े अध्यापक आ वह भी आरजी तौर पर रखे आ। हुण पंजाबी अकैडमी की जेकर आप गल करिए किदां दा रोल अदा करती है, खुद ब खुद की प्रोग्राम कवि दरबार करवाउंदी है, मुकाबले करवाउंदी है, पंजाबी लई उह की करदी रहिंदी है? बैनीपाल साहब उह इस तरह कि पंजाबी अकादमी जिहड़ी है वह अटोनमस बॉडी है। अच्छा जी, ये जे चेयरमैन ने माणयोग मुख्यमंत्री होंगे ने जी, वाइस चेयरमैन जे सबका एम एल ए सरदार जरनैल सिंह होनी ने जी, और वो नाल एक गवर्निंग काउंसल है जी सलाहकार कमेटी है जी फैसले लेंदी है जी स्कीम्स दे बारे गलबात करती है, और पंजाबी अकैडमी का मुढ़ले तौर पर यह है कि पंजाबी भाषा साहित्य ते सभ्याचार के विकास लिए काम करना, जिस दे तहत असी किताबां भी छापते हैं। अच्छा जी, सैमीनार भी करवाने, कवि दरबार, कहानी दरबार, होर साहित्यक गोष्ठियां भी करते हैं। इस दे नाल नाल असीं पंजाबी दीयां वर्कशॉप्स लाने हैं, पंजाबी दे साढ़े कोले इस वेले 55 सेंटर ने जिथे लगातार रोजाना पंजाबी सिखाई जाती है, भावें वह बच्चे 5-7 साल के ने और भावें वह बड़े ने वह सिखाई जाती है। फिर टाइपिंग सेंटर भी है जिथे पंजाबी सिखाई जाती है। अच्छा जी, इस तो इलावा की है कि जो गर्मी दी छुट्टियां होंदिया ने उदों तकरीबन असी 150 दे करीब दिल्ली सरकार वालों पंजाबी अकैडमी राही इहो जे सेंटर लाए जाते हैं जिथे ऊड़ा ऐड़ा पंजाबी सिखाई पढ़ाई कैंप लाए जाते हैं, कैंप लाए जाते हैं, और इस दे नाल ही पंजाबी नाटक, गिद्दा, भंगड़ा इहदियां वर्कशॉप भी लाइया जांदियां ने ताकि बच्चियां नूं दस्या जा सके कि साडा विरसा की है, साडा सभ्याचार की है, साडी पंजाबी की है। ये काम असी निरंतर करते हैं, और ये वास्ते सरकारी तौर पर साढ़े को बजट है जिहड़ा बजट असी सरकार दीयां हदायतां अनुसार खर्च कर। किन्ना क बजट होंदा जी? कुल बजट जिहड़ा पिछले साल का साढ़े को करीबन 25 करोड़ सी। अच्छा जी, हाँ, जिहदे च टीचर्स दीयां तनखावां भी सी ते पिछला जिहड़ा एरिया बकाया सी एरिया उह भी सी। अच्छा, मैं ये दस्सो हुण तुसीं बहुत खूबसूरत गल करी कि सिर्फ पंजाबी भाषा के विकास वास्ते तुसीं सिर तोड़ यतन करते रहिंदे हो जी जी, ते सब तो पुरानी भी तुसीं दस्सिया कि जेकर पंजाबी वास्ते कोई संस्था बनी ਤਾਂ ਉਹ ਵੀ ਦਿੱਲੀ ਵਿੱਚ ਇਹੋ ਹੀ ਸੀ, ਇਹ ਜਿਹੜੀ ਕੰਮ ਕਰਦੀ ਰਹੀ ਕੰਮ ਕਰ ਰਹੀ ਸੀ। ਨਹੀਂ ਇਹ ਤਾਂ ਤੁਸੀਂ ਮੈਨੀਪਾਲ ਸਾਹਿਬ ਰਿਕਾਰਡ ਦੇ ਹਿਸਾਬ ਨਾਲ ਦੇਖ ਲਓ ਕਿ ਜਿਵੇਂ ਭਾਸ਼ਾ ਵਿਭਾਗ ਪੰਜਾਬ ਹੈ ਉਹ ਪੰਜਾਬ 'ਚ ਹੋਇਆ, ਲੁਧਿਆਣੇ ਵਾਲੀ ਜਿਹੜੀ ਪੰਜਾਬੀ ਸਾਹਿਤ ਅਕਾਦਮੀ ਹੈ ਉਹ ਸਰਕਾਰੀ ਨੇ, ਪੰਜਾਬ ਤੋਂ ਬਾਹਰ ਪਹਿਲੀ ਕੋਈ ਅਕੈਡਮੀ ਬਣੀ ਹੈ ਜਿਹੜੀ ਪੰਜਾਬੀ ਦੀ ਭਾਸ਼ਾ ਲਈ ਅਤੇ ਉਹ ਪੰਜਾਬੀ ਅਕਾਦਮੀ ਦਿੱਲੀ ਹੈ ਜਿਹੜੀ 1981 'ਚ ਬਣੀ। ਅੱਛਾ, ਇਹ ਮੈਂ ਇਹੀ ਪੁੱਛਣਾ ਚਾਹੁੰਦਾ ਸੀ, ਹੁਣ ਉਹ ਸਰਕਾਰ ਦੇ ਅੰਡਰ ਹੈ, ਉਹਦਾ ਅਧਿਕਾਰ ਖੇਤਰ ਤੁਹਾਡਾ ਸਰਕਾਰ ਨੇ ਨਿਯੋਜਿਤ ਕੀਤਾ ਹੈ ਕਿ ਇੱਥੇ ਤੱਕ ਤੁਹਾਡਾ, ਸਰਕਾਰ ਦਾ ਕਿੰਨਾ ਕੁ ਕੰਟਰੋਲ ਰਹਿੰਦਾ ਤੁਹਾਡੇ 'ਤੇ ਕਿ ਤੁਸੀਂ ਇੰਨਾ ਕੀ ਕੰਮ ਕਰ ਸਕਦੇ ਹੋ? ਸਕਦਾ ਤੁਸੀਂ ਸੋਚਦੇ ਹੋ ਕਿ ਅਸੀਂ ਇਹ ਤੋਂ ਵੱਧ ਕੇ ਵੀ ਕਰੀਏ ਪੰਜਾਬੀ? ਇਸ ਮਾਮਲੇ 'ਚ ਪੰਜਾਬੀ ਅਕਾਦਮੀ ਜਿਹੜੀ ਹੈ ਬਹੁਤ ਖੁਸ਼ਕਿਸਮਤ ਹੈ, ਸਰਕਾਰ ਗ੍ਰਾਂਟ ਦਿੰਦੀ ਹੈ, ਜੋ ਸਰਕਾਰੀ ਪੋਲਸੀਜ਼ ਹੁੰਦੀਆਂ ਨੇ, ਜੋ ਸਰਕਾਰੀ ਰੂਲਸ ਰੈਗੂਲੇਸ਼ਨ ਹੁੰਦੇ ਨੇ ਉਹਨਾਂ ਦੇ ਤਹਿਤ ਕੰਮ ਕਰਨਾ, ਪਰ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਦਖਲ ਅੰਦਾਜ਼ੀ ਜਾਂ ਇਸ ਤਰ੍ਹਾਂ ਦੀ ਕੋਈ ਡਿਕਟੇਟਰਸ਼ਿਪ ਨਹੀਂ ਕਿ ਤੁਸੀਂ ਇੰਨਾ ਕੰਮ ਕਰਨਾ ਇੰਨਾ ਨਹੀਂ ਕਰਨਾ, ਕਿਉਂਕਿ ਜਿਹੜੀ ਇਹਦੇ 'ਚ ਗਵਰਨਿੰਗ ਕੌਂਸਲ ਆ ਉਹ ਪੰਜਾਬੀ ਦੇ ਜਿਹੜੇ ਸਿਰਕਟ ਬੰਦੇ ਆ, ਪੰਜਾਬੀ ਜਾਣਨ ਵਾਲੇ, ਪੰਜਾਬੀ ਬਾਰੇ ਕੰਮ ਕਰਨ ਵਾਲੇ ਉਹ ਹੁੰਦੇ ਆ, ਅਤੇ ਉਹਨਾਂ ਦੀ ਆਪਣੀ ਬਹੁਤ ਤਮੰਨਾ ਹੁੰਦੀ ਹੈ ਕਿ ਪੰਜਾਬੀ ਦੇ ਵਿਕਾਸ ਲਈ ਕੰਮ ਕਰੀਏ। ਜਿਵੇਂ ਮੈਂ ਇੱਥੇ ਤੁਹਾਡੇ ਰਾਹੀਂ ਦੱਸਣਾ ਵੀ ਚਾਹਾਂਗਾ ਕਿ ਅੰਮ੍ਰਿਤਾ ਪ੍ਰੀਤਮ ਹੋਣੀ, ਡਾਕਟਰ ਹਰਭਜਨ ਸਿੰਘ, ਸਤਿੰਦਰ ਨੂਰ, ਜਿਵੇਂ ਡਾਕਟਰ ਮਨਜੀਤ ਸਿੰਘ, ਡਾਕਟਰ ਜਗਬੀਰ ਸਿੰਘ, ਬਲਬੀਰ ਮਾਧੋਪੁਰੀ, ਇਹੋ ਜਿਹੜੇ ਅਜੀਤ ਕੌਰ, ਇਹੋ ਜਿਹੜੇ ਵਧੀਆ ਅਤੇ ਸਾਡੇ ਸਥਾਪਿਤ ਸਾਹਿਤਕਾਰ ਸੀ ਉਹ ਪੰਜਾਬੀ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਵੀ ਰਹੇ ਔਰ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਅਕੈਡਮੀ ਨਾਲ ਜੁੜੇ ਰਹੇ ਔਰ ਪੰਜਾਬੀ ਅਕੈਡਮੀ ਨੂੰ ਇੱਥੋਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਸਾਰੇ ਸਾਹਿਤਕਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ। ਮੈਨੂੰ ਦੱਸੋ, ਜਦੋਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਅਸੀਂ ਵਿਜਿਟ ਕਰਦੇ ਹਾਂ, ਅਕਸਰ ਤੁਸੀਂ ਵੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਵਿੱਚ ਹਾਂਜੀ ਆਉਂਦੇ ਜਾਂਦੇ ਰਹਿੰਦੇ ਹੋ, ਬਹੁਤ ਸਾਰੇ ਬੋਰਡ ਲੱਗੇ ਹੁੰਦੇ ਨੇ ਜਿਨ੍ਹਾਂ 'ਤੇ ਸਰਾਸਰ ਪੰਜਾਬੀ ਦਾ ਸੱਤਿਆਨਾਸ਼ ਕੀਤਾ ਪਿਆ ਹੁੰਦਾ ਹੈ। ਦਿੱਲੀ ਵਿੱਚ ਸੁਣਨ ਵਿੱਚ ਆਇਆ ਸੀ ਕਿ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਪੰਜਾਬੀ ਦੇ ਵਿੱਚ ਕਿਤੇ ਲਿਖਿਆ ਸੀ ਦੂਸਰੇ ਤੀਸਰੇ ਸਥਾਨ 'ਤੇ, ਬਹੁਤ ਸਾਰੀਆਂ ਥਾਵਾਂ 'ਤੇ ਪੰਜਾਬੀ ਦੇ ਬੋਰਡ ਖਤਮ ਕਰ ਦਿੱਤੇ ਨੇ, ਕਿੰਨੀ ਕੁ ਸੱਚਾਈ ਹੈ ਇਸ ਗੱਲ ਵਿੱਚ? ਇਸ ਤਰ੍ਹਾਂ ਜੀ, ਪਹਿਲੀ ਗੱਲ ਤਾਂ ਹੈ ਕਿ ਪੰਜਾਬੀ ਦੇ ਬੋਰਡ ਖਤਮ ਨਹੀਂ ਕੀਤੇ ਗਏ ਜੀ, ਜਿਹੜੀ ਗੱਲ ਸੀਗੀ ਉਹ ਇਹ ਸੀ ਕਿ ਏਅਰਪੋਰਟ 'ਤੇ ਬੋਰਡ ਨਹੀਂ ਹੈਗਾ। ਅੱਛਾ ਜੀ, ਉਹਦੇ ਬਾਰੇ ਬਹੁਤ ਸਾਰੀ
मांग भी उठी, असी भी कोशिश की, पर क्योंकि एयरपोर्ट जिहड़ा आ उह केंद्र सरकार दे अधीन आ, उहदे ते दिल्ली सरकार का कोई अपना अधिकार नहीं। दूसरी गल सी उह इह सी कि जिहड़े पंजाबी दे बोर्ड ने दिल्ली च ने भावें दिल्लियों बाहर ने, उह उहनां दी लिखत जिहड़ी आ ग्रामैटिकली उह ठीक नहीं, उहदे बारे गल चली सी। उह असीं काफ़ी कोशिश की है और उस असी काफ़ी सारा कामयाब भी होए हाँ, पर एक किते ना किते थोड़ी जी दिक्कत यह आती है कि वो कुछ जिहड़ियां सड़कां ने वो दिल्ली सरकार के अधीन आउंदियां, कुछ नहीं आउंदियां, उत्थे किते ना किते दिक्कत आउंदी है। पर जिहड़ा यह कहना जी बोर्ड बिल्कुल हटा दिते गए ने, इहदे नाल मैं दुरुस्त नहीं, यह दुरुस्त नहीं। अच्छा, जिहड़ी तुसीं हुण दुरुस्ती की गल करदे हो, भावें उह सेंटर सरकार के अंडर भी आउंदे ने, भावें वह पंजाब सरकार के अंडर भी आते हैं, तुम एक पंजाबीयत का होका देने वाले उसके अलंबरदार वजो कद उन्हों तक अप्रोच की है कई साडा तो इन्हों वेख वेख के सिर दर्द होंगे, सिर चकरा। इस तरह कि ये बारे मैं तुम दसा कि साढ़े जोड़े मीत प्रधान ने सरदार जरनैल सिंह हुई सबका जी एम एल ए रजौरीगढ़, उन्होंने इस बारे नवजोत सिद्धू हुणां नाल भी, केंद्र सरकार नाल भी और दिल्ली सरकार नाल भी बहुत वधिया राबता कायम करके, तो उन्होंने आपस खतो खताबत भी की थी भी ये कोशिश करिए जिथे साड़ी जिम्मेवारी लाओ उथे असी उहदे जिम्मेवारी लैन नूं तैयार हाँ कि आपां ये काम ठीक करिए। दिल्ली च असी कोशिश कर रहे हैं, मैनूं उम्मीद है कि आने वाले समय च जिहड़े बोर्ड ने उन्हां दी लिखत जिहड़ी आ बिल्कुल ठीक हो जाएगी। कई एरिया च नहीं लग सकते, वो एक वक्री गल है। असीं वेखदे हां जिन्नी नवें पनीरी आउंदी है, बच्चे आउंदे ने, खास करके पंजाब तों भी जे मैं गल कर लां उचेचे तौर ते, जां दिल्ली तों भी बना, मैं वेख्या कि पंजाबी बच्चे बहुत घट बोलते हैं, जे बोलते हैं तां हिंदी विच बहुत मिक्स की होंदी है। ये समस्या क्यों हो रही है, खास करके इतों के बच्चे तुसीं वेखोगे तो प्योर पंजाबी बोलणगे जां नहीं, जां बोलणगे ही नहीं। नहीं, ये मैं तुहानूं दसां जी, ये जिहड़ी गल है ना जी, ये निजी तौर पर मैनू लगता भी ये ना साड़ी मानसिकता नाल जुड़ी है। अच्छा, ये किसी अदारियां दा किसी सरकार दा कोई उस तरह रोल नहीं। मैं तुहानूं एक गल तुहाडे नाल शेयर करना कि तुसीं वेखो कि जदों आपां आपस च दो पंजाबी गल करदे हुंदे जी ते असीं गैर भाषा दे बहुत सारे शब्द वरत लैंदे आ, बिल्कुल वो साड़ी आदत च शुमार आ, वह शब्द जिहड़े आ वह सानू किसी ने साडे नाल धक्का नहीं कीता जां ना सानू किसी अदारे ने जां किसी सरकार ने कहा कि तुसीं वह शब्द वरतो, पर असीं बहुत वरतदे आ। दूजी गल इह है कि असीं दो पंजाबी जदों आपस च गल कर रहे होवांगे ना ते असीं अंग्रेजी वी बोली जावांगे, जबकि तुसीं देखो कि जिहड़े चाइनीज़ ने जिहड़े जैपनीज़ ने वह दूसरे बंदे नाल गल करनी होएगी तो अंग्रेजी बोलणगे, आपस च उन्होंने गल करनी होएगी तो वह अपनी जबान बोलते हैं। इस तरह पंजाबियों नूं यह पता नहीं किस तरह जां कदों यह समझ आएगी कि जदों वो आपस च गल करन दो पंजाबी तो उन्हां नूं कदे नहीं, मेरा हिसाब है कि दूजी भाषा बोलनी चाहिए। इत्थे जिवें तुहाडे वी मैं ये गल वेखी है कि घरां च बच्चे पंजाबी बोलदे आ जी जी, मापे भी पंजाबी बोलदे आ, पर एक गल तुसीं इत्थे भी नोट करियो कि जदों वो बच्चे आपस च दो पंजाबी बोलदे ने ना वो ठीक नहीं बोलदे, आपस च वह अंग्रेजी बोलणगे, जदों बच्चे अपने माँ प्यो नाल बोलणगे जां उन्हां नूं लगा कि अज घर कोई परौणा आया तो उहदे नाल सति श्री अकाल करनी उहदे नाल पंजाबी बोलणगे, जदों आपस च दो बच्चे हम उम्र जिहड़े 12-12, 13-13 साल दे आ, 15-16 साल दे, जदों आपस च दोवें बोलणगे तो वह पंजाबी नहीं। शब्दों का कारण यह है कि इतों की जबान है जिहड़ी अंग्रेजी है, हुण पंजाब दे विच जिहड़ा बच्चा रह रिहा उहदा पंजाबी जबान है जी। नहीं नहीं, इहदे च इह नहीं गल हैगी, ना तां इह कनेडा की प्रॉब्लम है ना अमेरिका की है। अच्छा, सारे पंजाबियों की है, दिल्ली भी मानसिकता है, ये मानसिकता है दिल्ली भी यही है। दिल्ली के जिहड़े मुंडे पंजाबी ने ईवन वो आप जे उन्हां नाल कोई पंजाबी च कोई पंजाब तो आया गल करे तो बड़ी वधिया पंजाबी बोलणगे, जे वो आपस से गल करनगे तो हिंदी बोलने लग पैणगे जां अंग्रेजी बोलना, ये साडी मैनूं लगता निजी तौर पर भी ये साडी मानसिकता कि असी अपनी माँ बोली तो उन्ना माण ही नहीं करते, असी सोचते हैं कि नहीं यार एवं दूजा की सोचेगा भी ये की बोली जाता, क्योंकि वड्डी जुबान है जिस दे विच ग्रंथ रचे जा सकदे आ, साहित बहुत अमीरी वाला साहित रचिया जा सकदा है। बाबा नानक साडा जी इहदे च लिखदा, बुल्ले शाह लिख सकदे आ, बाबा फरीद लिख सकदे आ, मेरे ख्याल दे अमीर भाषा है। साडी भाषा की अमीरी बारे जां इहदी साहित्यक अमीरी बारे तो कोई दो रावां है ही नहीं जी, मतलब इहो जी अमीर भाषा इहो जी मिठी भाषा जिहड़ी है, और बस गल सिर्फ इन्नी है कि सानू असी कई बार की करते हों कि दूजे वाल वेने कि वह ये काम करे, असी आप उस गल ते उन्ने खरे नहीं उतरते। मैनूं लगता है कि ये निजी तौर पर मेरा अपना विचार आ कि पंजाबियों की ये मानसिकता बदलण की लोड़ है कि तुसीं अपनी माँ बोली ते माण करो। हुण तुहाडा काम है, अकैडमी का काम है कि सिर्फ पंजाबीयत नूं हलाशेरी देनी है, बहुत सारे लोग मैं वेख्या
ਉਹ ਬੱਚਿਆਂ ਵੱਲ ਬਹੁਤ ਘੱਟ ਧਿਆਨ ਦਿੰਦੇ ਨੇ, ਬੱਚਿਆਂ ਦੇ ਮੁਕਾਬਲੇ ਭਾਸ਼ਣ ਦੇ, ਲਿਖਤਾਂ ਦੇ, ਕਵੀ ਦਰਬਾਰ ਦੇ ਬਹੁਤ ਘੱਟ ਕਰਵਾਏ ਜਾਂਦੇ ਨੇ, ਅੱਲੜ ਉਮਰ ਦੇ ਲੋਕਾਂ ਦੇ ਵੀ, ਖਾਸ ਕਰਕੇ ਵਡੇਰੀ ਉਮਰ ਦੇ ਮੈਂ ਵੇਖਿਆ, ਕਵੀ ਦਰਬਾਰ 'ਚ ਬੈਠੇ ਆ ਉਹ ਵੀ ਵਡੇਰੀ ਉਮਰ 'ਤੇ ਬੈਠੇ ਆ, ਭਾਸ਼ਣ ਮੁਕਾਬਲੇ 'ਚ ਉਹ ਵੀ ਵਡੇਰੀ ਉਮਰ ਦੇ ਵੇਖਿਆ। ਤੁਹਾਡੀ ਅਕੈਡਮੀ ਕੀ ਕਰਦੀ? ਹਾਂ, ਇਹਦੇ 'ਚ ਮੈਂ ਤੁਹਾਨੂੰ ਦੱਸਾਂ, ਤੁਸੀਂ ਤੁਹਾਡੇ ਪ੍ਰਾਈਮ ਟਾਈਮ ਵਾਲਿਆਂ ਟੀ ਵੀ ਵਾਲਿਆਂ ਨੇ ਸਾਡਾ ਪਿਛਲੇ ਸਾਲ ਕਵੀ ਦਰਬਾਰ ਰਿਕਾਰਡ ਕੀਤਾ, ਬਿਲਕੁਲ ਅਸੀਂ ਪਲੇ ਕੀਤਾ, ਅਤੇ ਉਹਦੇ 'ਚ ਤੁਸੀਂ ਦੇਖਿਓ ਕਿ ਕਿੰਨੇ ਨੌਜਵਾਨ ਕਵੀ ਅਸੀਂ ਤੁਹਾਡੇ ਬੁਲਾਏ ਸੀ। ਇਹ ਅਸੀਂ ਇਸ ਮਿੱਥ ਨੂੰ ਤੋੜ ਰਹੇ ਹਾਂ ਕਿ ਨਹੀਂ, ਮੇਰੀ ਇੱਕ ਆਪਣੀ ਇਹ ਰੀਝ ਸੀ ਕਿ ਜਿਹੜੇ ਪੰਜਾਬੀ ਦੇ ਸਥਾਪਤ ਸਾਹਿਤਕਾਰ ਨੇ, ਸਥਾਪਤ ਕਵੀ ਨੇ, ਉਹਨਾਂ ਦੇ ਨਾਲ ਜਿਹੜੇ ਨੌਜਵਾਨ ਜਾਂ ਜਿਹੜੀਆਂ ਨਵੀਆਂ ਪੁੰਗਰਦੀਆਂ ਕਲਮਾਂ ਨੇ, ਉਹਨਾਂ ਨੂੰ ਬਰਾਬਰ ਬਿਠਾਇਆ ਜਾਵੇ ਤਾਂ ਕਿ ਉਹ ਦੁਵੱਲਾ ਕੰਮ ਹੋ ਸਕੇ। ਸਥਾਪਤ ਸਾਹਿਤਕਾਰ ਜਿਹੜਾ ਉਹ ਇਹ ਸਮਝ ਸਕੇ ਕਿ ਨਵੀਂ ਪਨੀਰੀ ਕੀ ਕਰ ਰਹੀ ਹੈ ਔਰ ਕੀ ਚਾਹੁੰਦੀ ਹੈ, ਔਰ ਨਵੀਂ ਪਨੀਰੀ ਜਿਹੜੀ ਹੈ ਉਹ ਇਹ ਸੇਧ ਲੈ ਸਕੇ ਕਿ ਜਿਹੜਾ ਸਾਡਾ ਸਥਾਪਤ ਸਾਹਿਤਕਾਰ ਹੈ, ਕਵੀ ਹੈ, ਉਹਦੀ ਪਰਪੱਕਤਾ ਕਿੰਨੀ ਹੈ। ਇਹ ਅਸੀਂ ਕੀਤਾ ਜਿਹੜਾ ਪਿਛਲੀ ਵਾਰੀ 8 ਮਾਰਚ ਵਾਲਾ ਦਿਨ ਸੀਗਾ, ਉਹ 16 ਮਾਰਚ ਨੂੰ ਮਨਾਇਆ। ਉਦੋਂ ਵੀ ਅਸੀਂ ਪੰਜਾਬ ਤੋਂ ਸਗੋਂ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਕਵਿਤਾ ਲਿਖਣਾ ਸ਼ੁਰੂ ਕੀਤਾ ਸੀ, ਉਹਨਾਂ ਨੂੰ ਬੁਲਾਇਆ, ਔਰ ਇਹ ਅਸੀਂ ਇਹ ਕਰਦੇ ਰਹਿੰਦੇ ਹਾਂ। ਔਰ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਾਂ, ਪੰਜਾਬੀ ਅਕਾਦਮੀ ਸਾਰੇ ਦਿੱਲੀ ਦੇ ਜਿਹੜੇ ਸਕੂਲ ਨੇ ਉਹਨਾਂ 'ਚ ਜਿਹੜੇ ਪਲੱਸ ਟੂ ਵਾਲੇ ਬੱਚੇ ਆ, ਜਿਹੜੇ 10th ਵਾਲੇ ਬੱਚੇ ਆ, ਅਤੇ ਜਿਹੜੇ 10th ਤੋਂ ਛੋਟੇ ਬੱਚੇ ਆ, ਛੋਟੀਆਂ ਕਲਾਸਾਂ ਵਾਲੇ, ਉਹਨਾਂ ਨੂੰ ਵੀ ਉਹਨਾਂ 'ਚ ਵੀ ਅਸੀਂ ਕਵਿਤਾ ਮੁਕਾਬਲਾ, ਭਾਸ਼ਣ ਮੁਕਾਬਲਾ ਅਤੇ ਸੁਲੇਖ ਮੁਕਾਬਲਾ ਕਰਵਾਉਂਦੇ ਹਾਂ। ਔਰ ਫਿਰ ਪਹਿਲਾਂ ਉਹ ਜਿਹੜਾ ਖੇਤਰੀ ਲੈਵਲ 'ਤੇ ਹੁੰਦਾ, ਅਤੇ ਫਿਰ ਸਾਰੇ ਦਿੱਲੀ ਦਾ ਜ਼ੋਨ ਵਾਈਜ਼ ਉਹ ਅਸੀਂ ਕਰਦੇ ਹਾਂ, ਔਰ ਬੱਚਿਆਂ ਨੂੰ ਉਹਦੇ 'ਤੇ ਜਿਹੜੇ 1st, 2nd, 3rd ਆਉਂਦੇ ਨੇ ਉਹਨਾਂ ਨੂੰ ਬਕਾਇਦਾ ਇਨਾਮ ਦਿੱਤਾ ਜਾਂਦਾ। ਬਹੁਤ ਸਾਰੇ ਲੋਕ, ਇਹ ਸ਼ਾਇਦ ਮੈਥੋਂ ਹੋ ਸਕਦੀ ਹੈ, ਤੁਸੀਂ ਮੈਨੂੰ ਦਰੁਸਤ ਕਰਿਓ ਜਾਂ ਇਸ ਨੂੰ ਕਿਵੇਂ ਤੁਸੀਂ ਲਓਗੇ, ਬਹੁਤ ਸਾਰੇ ਲੋਕ ਕਹਿੰਦੇ ਨੇ ਪੰਜਾਬੀ ਤਾਂ ਖਤਮ ਹੋਣ ਵਾਲੀ ਹੈ, ਜੇ ਪੰਜਾਬੀ ਜ਼ੁਬਾਨ ਨੂੰ ਖਤਰਾ, ਤੁਸੀਂ ਵੀ ਮਹਿਸੂਸ ਕਰਦੇ ਹੋ ਜਾਂ ਨਹੀਂ? ਦੇਖੋ, ਇਸ ਤਰ੍ਹਾਂ ਕਿ ਇਹ ਆਪਾਂ ਇਸ ਗੱਲ ਤੋਂ ਭਾਵੇਂ ਜਿੰਨੇ ਮਰਜ਼ੀ ਅਵੇਸਲੇ ਹੋ ਲਈਏ ਜੀ, ਇਹ UNO ਨੇ ਵੀ ਕਿਹਾ, ਯੂਨੈਸਕੋ ਨੇ ਕਿਹਾ ਜੀ, ਯੂਨੈਸਕੋ ਵਾਲਿਆਂ ਵੀ ਕਹਿ ਦਿੱਤਾ ਜੀ। ਔਰ ਵੈਸੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਮੈਂ ਉਹਦੇ ਨਾਲ ਬਹੁਤਾ ਸਹਿਮਤ ਨਹੀਂ ਯੂਨੈਸਕੋ ਵਾਲਿਆਂ ਨਾਲ, ਪਰ ਇੱਕ ਗੱਲ ਬਹੁਤ ਵਧੀਆ ਹੈ ਕਿ ਉਹਦੇ ਕਰਕੇ ਅਸੀਂ ਸਾਰੇ ਜਿਹੜੇ ਆ ਉਹ ਚਿੰਤਤ ਹੋ ਗਏ ਅਤੇ ਹੁਣ ਸੁਚੇਤ ਆ। ਅੱਛਾ, ਖਤਰਾ ਹੈ। ਅੱਛਾ ਜੀ, ਪਰ ਜਿੰਨਾ ਕੰਮ ਹੋ ਰਿਹਾ ਉਸ ਕੰਮ ਦੇ ਹਿਸਾਬ ਨਾਲ ਉਹ ਖਤਰਾ ਕੋਈ ਮਾਇਨੇ ਨਹੀਂ ਰੱਖਦਾ। ਲੇਕਿਨ ਜੇ ਅਸੀਂ ਅਵੇਸਲੇ ਹੋ ਗਏ, ਅਸੀਂ ਉਸ ਲਈ ਮਿਹਨਤ ਨਾ ਕੀਤੀ। ਹੁਣ ਦੇਖੋ, ਇੱਕ ਗੱਲ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਪੰਜਾਬੀ ਬੋਲ 'ਤੇ ਲੈਂਦੀ ਹੈ ਜੀ, ਉਹ ਲਿਖਣ 'ਤੇ ਪੜ੍ਹਨ ਦਾ ਉਹਨਾਂ ਦਾ ਰੁਝਾਨ ਤਾਂ ਘਟਿਆ ਹੈ ਨਾ? ਬਿਲਕੁਲ। ਅਤੇ ਇਹ ਜੇ ਗੱਲ ਪੀੜ੍ਹੀ ਦਰ ਪੀੜ੍ਹੀ 2-3 ਪੀੜ੍ਹੀਆਂ ਇੱਦਾਂ ਚੱਲ ਗਈ, ਮੁਸ਼ਕਲ ਕੰਮ, ਅਤੇ ਫਿਰ ਸਾਨੂੰ ਸੋਚਣਾ ਪਏਗਾ। ਇਹ ਹੈ ਗੱਲ। ਪਰ ਇਹਦੇ ਵਾਸਤੇ ਜਿਹੜੇ ਤੁਸੀਂ ਭਾਰਤ ਤੋਂ ਬਾਹਰ ਹੋ ਜੀ, ਉਹਨਾਂ ਨੇ ਵੀ ਬਹੁਤ ਇਹਦੇ 'ਤੇ ਮਿਹਨਤ ਕਰ ਰਹੇ ਹੋ, ਔਰ ਇਹ ਚੰਗੇ ਉਪਰਾਲੇ ਹੋ ਰਹੇ ਨੇ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਉਪਰਾਲੇ ਹੋ ਰਹੇ ਨੇ ਉਸ ਕਰਕੇ ਸਾਨੂੰ ਕੋਈ ਜ਼ਿਆਦਾ ਡਰਨ ਦੀ ਲੋੜ ਨਹੀਂ, ਪਰ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸੋ ਭਾਵ ਸਾਨੂੰ ਉਹਨਾਂ ਨੇ ਹਲੂਣਾ ਮਾਰ ਦਿੱਤਾ, ਹਾਂਜੀ, ਅਸੀਂ ਜਾਗ ਪਏ ਹਾਂ, ਜਾਗ ਪਏ ਹਾਂ। ਨਹੀਂ, ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਰਿਪੋਰਟ ਦੇ ਕੇ ਘੱਟੋ ਘੱਟ ਸਾਨੂੰ ਜਗਾਇਆ ਤਾਂ ਹੈ। ਅੱਛਾ, ਅਤੇ ਅਸੀਂ ਕੰਮ ਕਰ ਰਹੇ ਹਾਂ ਸਾਰੇ। ਮੈਨੂੰ ਦੱਸਿਓ ਗੁਰਾਜ ਸਾਹਿਬ, ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀਅਤ ਦੇ ਝੰਡਾ ਬਰਦਾਰ ਬਣੇ ਹੋਏ ਨੇ, ਕਈ ਲੋਕ ਸਾਹਿਤ ਦੀ ਰਚਨਾ ਬਹੁਤ ਕਰਦੇ, ਸਾਡੇ ਕੋਲ ਵੀ ਇੱਥੇ ਬਹੁਤ ਸਾਰੇ ਸਾਹਿਤਕਾਰ ਕਿਤਾਬਾਂ ਦੇ ਜਾਂਦੇ ਆ। ਤੁਸੀਂ ਵੀ ਦੱਸਿਆ ਕਿ ਤੁਸੀਂ ਅਕੈਡਮੀ ਦੇ ਰਾਹੀਂ ਕਿਤਾਬਾਂ ਛਾਪਦੇ ਹੋ, ਲੋਕਾਂ ਤੱਕ ਸਾਹਿਤ ਪੁੱਜਦਾ ਕਰਦੇ ਹੋ ਜੀ ਜੀ ਜੀ, ਪਰ ਕਈ ਵਾਰ ਅਸੀਂ ਵੇਖਦੇ ਹਾਂ ਉਹ ਕਿਤਾਬਾਂ ਪੜ੍ਹਦੇ ਹਾਂ, ਪੜ੍ਹ ਕੇ ਸਾਰੀ ਕਿਤਾਬ ਦੇ ਵਿੱਚੋਂ ਕੁਛ ਨਹੀਂ ਮਿਲਦਾ। ਕੀ ਇਹੋ ਹੀ ਕਾਰਨ ਹੈ ਕਿ ਅਸੀਂ ਪੰਜਾਬੀ ਦੇ ਬਹੁਤੇ ਪਾਠਕ ਨਾ ਪੈਦਾ ਕਰ ਸਕੇ, ਜਾਂ ਇਸਦਾ ਕਾਰਨ ਕੋਈ ਹੋਰ ਹੈ ਜੀ? ਨਹੀਂ, ਦੇਖੋ, ਇਹਦੇ 'ਚ ਦੋਵੇਂ ਗੱਲਾਂ ਹੀ ਨੇ ਜੀ। ਪਹਿਲੀ ਗੱਲ ਤਾਂ ਹੈ ਵੀ ਪੰਜਾਬੀ 'ਚ ਬਹੁਤ ਸਾਰਾ ਸਾਹਿਤ ਰਚਿਆ ਜਾ ਰਿਹਾ, ਬਹੁਤ ਸਾਰਾ ਛਪ ਰਿਹਾ ਜੀ, ਪੜ੍ਹਿਆ ਵੀ ਜਾ ਰਿਹਾ, ਪਰ ਜਿੰਨਾ ਛਪ ਰਿਹਾ, ਜਿੰਨਾ ਰਚਿਆ ਜਾ ਰਿਹਾ, ਉਨਾ ਪੜ੍ਹਿਆ ਨਹੀਂ ਜਾ ਰਿਹਾ। ਉਹਦੇ 'ਚ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਕਿਤੇ ਨਾ ਕਿਤੇ ਇਹ ਵੀ ਗੱਲ ਹੈ ਕਿ ਜਿਹੜਾ ਸਾਡਾ ਸਾਹਿਤ ਛਪ ਰਿਹਾ ਉਹਦਾ ਮਿਆਰ ਕੀ ਹੈ, ਇਹ ਬਹੁਤ ਸੋਚਣ ਵਾਲੀ ਗੱਲ ਹੈ। ਇਹਦੇ 'ਚ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਜ਼ਰੂਰ ਹੈ। ਪਿੱਛੇ ਜੇ ਇੱਕ ਡਾਟਾ ਆਇਆ ਸੀਗਾ ਕਿ ਪੰਜਾਬੀ 'ਚ ਕਿੰਨੇ ਸਾਰੇ ਸਾਹਿਤਕਾਰ ਨੇ, ਕਿੰਨੇ ਸਾਰੇ ਕਵੀ ਨੇ ਜਿਨ੍ਹਾਂ ਦੀਆਂ ਕਿਤਾਬਾਂ ਦੇ ਕਿੰਨੇ ਕਿੰਨੇ ਐਡੀਸ਼ਨ ਛਪੇ ਨੇ ਜੀ। ਜਿਵੇਂ ਅਸੀਂ ਸ਼ਿਵ ਕੁਮਾਰ ਦੀ ਗੱਲ ਕਰਦੇ ਹਾਂ ਕਿ ਉਹ ਅਜੇ ਵੀ ਵਿਕ ਰਹੇ, ਉਹਦੀਆਂ ਕਿਤਾਬਾਂ ਅਜੇ ਵੀ ਵਿਕ ਰਹੀਆਂ। ਪਿੱਛੇ ਜੇ ਜਸਵੰਤ ਸਿੰਘ ਕਮਲ ਹੁਣਾਂ ਦਾ ਜਿਹੜਾ 100 ਸਾਲਾ ਮਨਾਇਆ ਗਿਆ, ਉਹਦੇ 'ਚ ਵੀ ਇਹ ਗੱਲ ਆਈ ਕਿ ਕਮਲ ਸਾਹਿਬ ਇੱਕ ਇਹੋ ਜਿਹੇ ਸਾਡੇ ਲੇਖਕ ਨੇ, ਨਾਵਲਕਾਰ ਨੇ, ਵਾਰਤਕਾਰ ਨੇ, ਕਿ ਜਿਨ੍ਹਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਕਿੰਨੀ ਕਿੰਨੀ ਵਾਰ ਛਪੀਆਂ ਜੀ, ਔਰ ਉਹਨਾਂ ਨੂੰ ਬਹੁਤ ਰੋਇਲਟੀ ਮਿਲੀ। ਔਰ ਇਹ ਗੱਲ ਤਾਂ ਹੈਗੀ ਹੈ ਕਿ ਜਿਹੜਾ ਸਾਹਿਤ ਚੰਗਾ ਛਪਦਾ ਆ ਉਹ ਵਿਕਦਾ ਵੀ ਹੈ ਔਰ ਉਹ ਪੜ੍ਹਿਆ ਵੀ ਜਾਂਦਾ। ਪਰ ਕਿਤੇ ਨਾ ਕਿਤੇ ਇਹ ਵੀ ਗੱਲ ਜਿਹੜੀ ਹੈ ਨਾ ਥੋੜ੍ਹੀ ਥੋੜ੍ਹੀ ਚੱਲ ਪਈ ਹੈ ਕਿ ਜਿਵੇਂ ਪੰਜਾਬੀਆਂ ਦੇ ਵਿੱਚ ਇੱਕ
ਵਹਿਣ ਤੁਰ ਪੈਂਦਾ ਨਾ। ਪਹਿਲਾਂ ਕੈਸਟ ਕਲਚਰ ਤੁਰਿਆ ਸੀਗਾ, ਸਿੰਗਰ ਬੜੇ ਆ ਗਏ, ਫਿਰ ਇੱਕ ਮੌਕਾ ਇਹ ਆਇਆ ਕਿ ਫਿਲਮਾਂ ਧੜਾਧੜ ਬਣਨ ਲੱਗ ਗਈਆਂ, ਅਤੇ ਹੁਣ ਇਹ ਹੀ ਹੈ ਕਿ ਲਿਖਤਾਂ ਵੀ ਜਿਹੜੀਆਂ ਨੇ ਨਾ ਉਹ ਮਤਲਬ ਪਰਪੱਕ ਹੋ ਕੇ ਨਹੀਂ ਲਿਖ ਰਹੇ, ਇਹਦੇ 'ਚ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਜ਼ਰੂਰ ਲੋੜ ਆ। ਹੁਣ ਜਿਵੇਂ ਤੁਸੀਂ ਦੱਸੋ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ, ਤੁਸੀਂ ਤੁਹਾਡੀ ਅਕੈਡਮੀ ਵੀ ਛਾਪਦੀ ਹੈ। ਹੁਣ ਮੰਨ ਲਓ ਮੇਰੇ ਵਰਗਾ ਕੋਈ ਕੱਚ ਘਰੜ ਬੰਦਾ ਗਿਆ, ਲਿਖ ਲਿਆ, ਤੁਹਾਨੂੰ ਫੜਾਤਾ ਜੀ ਆਹ ਪਿਆ ਜੀ ਮੇਰਾ ਤਾਂ ਪਲੰਦਾ, ਤੁਸੀਂ ਉਹਨੂੰ ਵੈਸੇ ਛਾਪ ਦਿੰਦੇ ਹੋ, ਪੈਸੇ ਲੈ ਕੇ ਛਾਪ ਦਿੰਦੇ ਹੋ, ਕੀ ਹੁੰਦਾ, ਕੀ ਪ੍ਰੋਸੀਜਰ ਕੀ ਹੈ? ਹਾਂ, ਪ੍ਰੋਸੀਜਰ ਇਹ ਜੀ ਕਿ ਪਹਿਲੀ ਗੱਲ ਤਾਂ ਹੈ ਕਿ ਅਸੀਂ ਕਿਤਾਬ ਜਿਹੜੀ ਕਿਸੇ ਲੇਖਕ ਦੀ ਛਾਪਣੀ ਹੈ ਜੀ, ਉਹ ਉਹਦੇ ਤੋਂ ਪੈਸੇ ਲੈ ਕੇ ਨਹੀਂ ਛਾਪਣੀ, ਸਗੋਂ ਅਸੀਂ ਉਹਨੂੰ ਛਾਪਣ ਵਾਸਤੇ ਸਹਾਇਤਾ ਦੇਣੀ ਹੈ। ਅੱਛਾ ਜੀ। ਜਾਂ ਉਹਦੀ ਕਿਤਾਬ ਅਕੈਡਮੀ ਨੇ ਖੁਦ ਛਾਪਣੀ ਹੈ, ਜਾਂ ਅਕੈਡਮੀ ਨੇ ਉਹਦੇ ਖਰੜੇ ਨੂੰ ਛਾਪਣ ਵਾਸਤੇ ਸਹਾਇਤਾ ਦੇਣੀ ਹੈ। ਅੱਛਾ ਜੀ। ਪਰ ਉਹਦੇ ਵਾਸਤੇ ਇਸ ਤਰ੍ਹਾਂ ਕਿ ਕਿਉਂਕਿ ਅਸੀਂ ਸਰਕਾਰੀ ਅਦਾਰਾ ਵਾਂ, ਇੱਕ ਬਕਾਇਦਾ ਇੱਕ ਕਮੇਟੀ ਬਣਾਈ ਜਾਂਦੀ ਹੈ ਵਿਦਵਾਨ ਸੱਜਣਾਂ ਦੀ, ਉਹ ਖਰੜਾ ਜਿਹੜਾ ਉਹ ਵਿਦਵਾਨ ਸੱਜਣਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ ਕਿ ਕੀ ਇਹਨੂੰ ਅਕੈਡਮੀ ਛਾਪੇ, ਉਹਨਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਉਹ ਛਾਪਿਆ ਜਾਂਦਾ। ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹ ਜਿਹੜਾ ਖਰੜਾ ਆ ਉਹ ਵਿਦਵਾਨ ਸੱਜਣ ਜਦੋਂ ਪੜ੍ਹ ਲੈਣ, ਉਹਨਾਂ ਦੀ ਮਨਜ਼ੂਰੀ ਆਵੇ ਅਤੇ ਫਿਰ ਛਾਪੀਏ, ਕਿਉਂਕਿ ਕੱਚ ਘਰੜ ਸਰਕਾਰੀ ਤੌਰ 'ਤੇ ਛਾਪਣਾ ਅਕੈਡਮੀ ਦੇ ਵਿਧਾਨ 'ਚ ਨਹੀਂ ਆਉਂਦਾ। ਪਰ ਮੈਨੂੰ ਯਾਦ ਹੈ, ਮੈਂ ਕਿਸੇ ਯੂਨੀਵਰਸਿਟੀ ਦਾ ਨਾਂ ਨਹੀਂ ਲੈਂਦਾ, ਮੈਂ ਇਸੇ ਵਿਜ਼ਿਟ 'ਚ ਗਿਆ, ਉੱਥੇ ਉਹਨਾਂ ਨੇ ਜਿੰਨੀਆਂ ਉਹ ਪਬਲਿਸ਼ ਕੀਤੀਆਂ ਹੋਈਆਂ ਸੀ ਲਗਭਗ ਚੁੱਕ ਚੁੱਕ ਕੇ ਪੜ੍ਹ ਪੜ੍ਹ ਕੇ ਵੇਖੀਆਂ, ਮੈਨੂੰ ਨਹੀਂ ਸੀ ਲੱਗਦਾ ਕਿ ਉਹ ਉਹ ਯੂਨੀਵਰਸਿਟੀ ਵੱਲੋਂ ਛਾਪਣ ਦੇ ਯੋਗ ਸਨ। ਅਤੇ ਜੇ ਕਿਸੇ ਚੰਗੇ ਵਿਅਕਤੀ ਵਿਸ਼ੇਸ਼ ਦੀ ਮੰਗ ਕਰਦੇ ਸੀ, ਉਹ ਕਹਿੰਦੇ ਸੀ ਇਹ ਯੂਨੀਵਰਸਿਟੀ ਵੱਲੋਂ ਨਹੀਂ ਛਾਪੀ ਹੋਈ, ਤੁਹਾਨੂੰ ਬਾਹਰ ਦੁਕਾਨ ਤੋਂ ਮਿਲ ਸਕਦੀ ਹੈ। ਹੁਣ ਮੈਨੂੰ ਦੱਸਿਓ ਕਿ ਇੱਥੇ ਮੈਂ ਇੱਕ ਥੋੜ੍ਹੀ ਜਿਹੀ ਤੁਹਾਡੀ ਗੱਲ, ਇੱਥੇ ਇਸ ਤਰ੍ਹਾਂ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਇਹਦੇ ਮੁਕਾਬਲਤਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੀ। ਤੁਸੀਂ ਦੇਖਿਓ ਪੰਜਾਬੀ ਅਕਾਦਮੀ ਦਿੱਲੀ ਨੇ ਜੀ ਪੰਜਾਬੀ ਸਾਹਿਤ ਦਾ ਇਤਿਹਾਸ ਦੀਆਂ 13 ਵੋਲੀਅਮ ਛਾਪੀਆਂ ਨੇ ਜੀ, ਨਾਵਲ ਦਾ ਇਤਿਹਾਸ, ਕਵਿਤਾ ਦਾ ਇਤਿਹਾਸ, ਗੁਰਮਤ ਕਾਵਿ ਦਾ ਇਤਿਹਾਸ, ਇਸ ਤਰ੍ਹਾਂ ਉਹ ਸਾਡੀ ਕਿਤਾਬ ਜਿਹੜੀ ਹੈ ਹਰੇਕ ਯੂਨੀਵਰਸਿਟੀ ਦੇ ਵਿੱਚ ਜੀ ਐੱਮ ਏ ਐੱਮ ਫਿਲ ਅਤੇ ਪੀ ਐੱਚ ਡੀ ਦੇ ਵਿੱਚ ਪੜ੍ਹੀ ਜਾਂਦੀ ਹੈ, ਔਰ ਉਹਦੀ ਇੰਨੀ ਡਿਮਾਂਡ ਹੁੰਦੀ ਹੈ ਕਿ ਉਹ ਸਾਨੂੰ ਹਰ ਦੂਜੇ ਸਾਲ ਦੁਬਾਰਾ ਪ੍ਰਿੰਟ ਕਰਵਾਉਣੀ ਪੈਂਦੀ, ਉਹ ਕਿਤਾਬ ਵਿਕ ਰਹੀ ਹੈ ਜੀ। ਮਤਲਬ ਜਿਹੜੀ ਮੈਂ ਅੱਗੇ ਤੁਹਾਡੇ ਨਾਲ ਜਿਵੇਂ ਆਪਾਂ ਸ਼ਿਵ ਬਟਾਲਵੀ ਦੀ ਉਦਾਹਰਣ ਦਿੱਤੀ ਸੀ, ਜੇ ਕਿਤਾਬ ਜਿਹੜੀ ਹੈ ਉਹ ਉਸ ਢੰਗ ਨਾਲ ਛਾਪੀ ਜਾਵੇ ਤਾਂ ਉਹ ਬਕਾਇਦਾ ਵਿਕਦੀ ਹੈ। ਜਿਹੜੀ ਹੁਣ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ, ਇਹ ਹੁਣ ਉਹਨਾਂ ਅਦਾਰਿਆਂ ਬਾਰੇ ਮੈਂ ਨਹੀਂ ਉਹ ਟਿੱਪਣੀ ਭਾਵੇਂ ਤੁਸੀਂ ਨਾ ਕਰੋ। ਅੱਛਾ, ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਜਿਸ ਤਰ੍ਹਾਂ ਤੁਸੀਂ ਦੱਸ ਦਿਓ ਕਿ ਅਸੀਂ ਸਗੋਂ ਸਹਾਇਤਾ ਦਿੰਦੇ ਹਾਂ, ਅਸੀਂ ਛਾਪਣ ਦੇ ਵਿੱਚ ਸਹਿਯੋਗ ਕਰਦੇ ਹਾਂ, ਹਾਂਜੀ, ਹੁਣ ਉਹਦੇ 'ਚ ਛਾਪਦੇ ਕੀ ਉਹ ਨੋਵਲ, ਕਹਾਣੀਆਂ, ਗੀਤ, ਕਵਿਤਾਵਾਂ, ਗਜ਼ਲਾਂ, ਕੀ ਹੋ ਸਕਦਾ? ਸਭ ਕੁਛ ਹੋ ਸਕਦਾ? ਨਹੀਂ, ਉਹਦੇ 'ਚ ਸਭ ਕੁਝ ਹੋ ਸਕਦਾ, ਪਰ ਸਾਡੀ ਉਹਦੇ ਵਿੱਚ ਜਿਹੜੀ ਮੁੱਖ ਤੌਰ 'ਤੇ ਹੈ ਕਿ ਜਿਹੜੀ ਸਾਡੀ ਗਵਰਨਿੰਗ ਕੌਂਸਲ ਹੈ, ਜਿਹੜੀ ਉਹਨੇ ਜਿਹੜੀ ਵਿਦਵਾਨ ਸੱਜਣਾਂ ਦੀ ਇੱਕ ਕਮੇਟੀ ਬਣਾਉਣੀ ਹੈ ਜਿਹਨੇ ਖਰੜਾ ਘੋਖਣਾ ਕਿ ਇਹ ਛਾਪੀਏ ਜਾਂ ਨਾ ਛਾਪੀਏ ਜਾਂ ਖਰੜਾ ਮੋੜ ਦਈਏ, ਇਹ ਉਹਦੇ 'ਤੇ ਮੁਨਾਸਰ ਕਰਦਾ। ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਕਿ ਕਵਿਤਾ ਦੀ ਕਿਤਾਬ ਨਹੀਂ ਛਾਪਣੀ ਜਾਂ ਕਹਾਣੀ ਦੀ ਨਹੀਂ ਛਾਪਣੀ ਜਾਂ ਕਵਿਤਾ ਦੀ ਕਿਤਾਬ ਨੂੰ ਸਹਿਯੋਗ ਨਹੀਂ ਦੇਣਾ ਜਾਂ ਨਾਵਲ ਨੂੰ ਸਹਿਯੋਗ ਨਹੀਂ ਦੇਣਾ, ਇਸ ਤਰ੍ਹਾਂ ਦੀ ਕੋਈ ਗੱਲ। ਅੱਛਾ, ਅਤੇ ਇਹਦੇ 'ਚ ਇਹ ਦੱਸਿਓ, ਹੁਣ ਮੰਨ ਲਓ ਤੁਹਾਡੇ ਕੋਲ ਖਰੜਾ ਪਹੁੰਚ ਗਿਆ, ਤੁਸੀਂ ਉਹ ਛਾਪ ਦਿੱਤੀ, ਉਹ ਛਾਪਣ ਤੋਂ ਬਾਅਦ ਉਹ ਦੁਕਾਨਾਂ 'ਤੇ ਵੀ ਚਲੀ ਗਈ, ਉਹ ਬਹੁਤੀ ਵਿਕੀ ਨਹੀਂ, ਪਰ ਅਗਲਾ ਫਿਰ ਇੱਕ ਖਰੜਾ ਉਸ ਵਿਅਕਤੀ ਦਾ ਤੁਹਾਡੇ ਵਿਸ਼ੇਸ਼ ਤੌਰ 'ਤੇ ਪਹੁੰਚਦਾ, ਪਰ ਉਹ ਲੱਗਦਾ ਕਿ ਬਹੁਤ ਮਿਆਰੀ ਸੀ, ਪਹਿਲੀ ਨੇ ਤੁਹਾਨੂੰ ਕੋਈ ਇਨਕਮ ਨਹੀਂ ਦਿੱਤੀ, ਦੁਬਾਰੀ ਛਾਪਣ ਵਾਸਤੇ ਉਹਨੂੰ ਸਹਿਯੋਗ ਕਰਦੀ ਹੈ ਅਕੈਡਮੀ ਜਾਂ ਸੋਚਦੀ ਹੈ ਕਿ ਪਹਿਲੀ ਨੇ ਤਾਂ ਯਾਰ ਕੁਛ ਨਹੀਂ ਕੀਤਾ? ਦੇਖੋ, ਇਸ ਤਰ੍ਹਾਂ ਪਹਿਲੀ ਗੱਲ ਤਾਂ ਕਿ ਪੰਜਾਬੀ ਅਕੈਡਮੀ ਕੋਈ ਵੀ ਕਿਤਾਬ ਜਿਹੜੀ ਛਾਪਦੀ ਆ ਉਹ ਇਸ ਕਰਕੇ ਨਹੀਂ ਛਾਪਦੀ ਕਿ ਇਹਦੇ ਤੋਂ ਕਮਾਈ ਕਰਨੀ, ਕਿਉਂਕਿ ਅਸੀਂ ਟੋਟਲੀ ਨੋਨ ਪ੍ਰੋਫਿਟੇਬਲ ਅਦਾਰਾ, ਅਸੀਂ ਉਹਦੇ ਤੋਂ ਕੋਈ ਮੁਨਾਫਾ ਨਹੀਂ ਕਮਾਉਣਾ ਕਿਸੇ ਕਿਤਾਬ ਤੋਂ, ਅਸੀਂ ਤਾਂ ਸਗੋਂ ਕਿਤਾਬ ਛਾਪ ਕੇ ਅੱਧੇ ਮੁੱਲ 'ਤੇ ਜਿਹੜੀ ਉਹ ਦੇਣੀ ਹੈ। ਅੱਛਾ ਜੀ। ਅਤੇ ਉਹ ਕਿਤਾਬ ਵਿਕੀਏ ਜਾਂ ਨਹੀਂ ਵਿਕੀ, ਉਹਦੇ ਤੋਂ ਕੋਈ ਮੁਨਾਫਾ ਹੋਇਆ ਜਾਂ ਨਹੀਂ ਹੋਇਆ, ਇਹ ਅਕਾਦਮੀ ਦਾ ਕੋਈ ਮਿਆਰ ਲੈਣਾ ਦੇਣਾ ਨਹੀਂ। ਸਾਡਾ ਸਿਰਫ ਇਸ ਗੱਲ ਨਾਲ ਹੈ ਕਿ ਰਚਨਾ ਮਿਆਰੀ ਹੋਵੇ। ਅੱਛਾ, ਕਿੰਨੀਆਂ ਕੁ ਕਿਤਾਬਾਂ ਛਾਪ ਦਿੰਦੇ ਜੀ ਹਰ ਸਾਲ? ਇਸ ਤਰ੍ਹਾਂ ਕਿ ਅਸੀਂ ਸਾਲਾਨਾ ਜਿਹੜੀਆਂ ਹੈਗੀਆਂ ਨੇ 15-20 ਦੇ ਵਿੱਚ ਕਿਤਾਬਾਂ ਜਿਹੜੀਆਂ ਸਿਰਫ ਛਾਪਦੇ ਹਾਂ, ਇਹਨੇ ਇਸੇ ਕਰਕੇ ਕਿਉਂਕਿ ਅਸੀਂ ਆਪਣੀਆਂ ਮਿਆਰੀ ਕੰਮ ਕਰਦੇ ਹਾਂ, ਮਿਆਰੀ ਕੰਮ ਕਰਦੇ ਹਾਂ, ਸਾਡੀਆਂ ਆਪਣੀਆਂ ਇੱਕ ਜਿਵੇਂ ਸਾਡਾ 2 ਮਾਸਿਕ ਰਸਾਲਾ ਹੈ। ਅੱਛਾ ਜੀ। ਸਮਦਰਸ਼ੀ ਉਹ ਹਰ ਵੇਲੇ ਆਉਂਦਾ, ਫਿਰ ਸਾਡੀਆਂ ਜਿਹੜੀਆਂ ਇਹ 10-12 ਸਾਡੇ ਕੋਲ, 13 ਤਾਂ ਉਹ ਹੋ ਗਈਆਂ ਪੰਜਾਬੀ ਸਾਹਿਤ ਦਾ ਇਤਿਹਾਸ, ਕਥਾ ਕਹਾਣੀ ਹੈ, ਸਾਡੇ ਕੋਲ ਇਸ ਤਰ੍ਹਾਂ ਦੀਆਂ ਕਿਤਾਬਾਂ ਹੈਗੀਆਂ ਜਿਹੜੀਆਂ ਲਗਾਤਾਰ ਛਪ 'ਚ ਰਹਿੰਦੀਆਂ ਨੇ ਔਰ ਅਸੀਂ ਉਹਨਾਂ ਦੇ ਰੀਪ੍ਰਿੰਟ ਜਿਹੜੇ ਉਹ ਕਰਦੇ ਹਾਂ। ਮੈਂ ਤੁਹਾਨੂੰ ਕਥਾ ਕਹਾਣੀ ਦੀ ਗੱਲ ਕਰਾਂ, ਉਹਦਾ ਸਾਡੇ ਕੋਲ 18ਵਾਂ ਐਡੀਸ਼ਨ ਅਸੀਂ ਛਾਪ। ਵਾਹ, ਅੱਛਾ ਜੀ। ਅਤੇ ਅਜੇ ਵੀ ਸਾਡੇ ਕੋਲ ਆਰਡਰ ਹੈਗੇ ਨੇ।
अच्छा जी 18वां एडिशन किसी किताब का ता ही छपदा जे वह वेखदी है वेखदी है बिल्कुल क्योंकि सरकारी तौर पर असी उन्हें छाप छाप के स्टोर के डंप नहीं कर सकते बहुत सारे साहित्यकार होंगे ने बहुत कमाल दी किताबा लिखते हैं तो कोई किसी न किसी अकैडमी वालों उन्होंने माण सन्मान दते जाते हैं दिल्ली अकैडमी भी करती है हाँ जी दिल्ली अकैडमी जी है जी कि हर साल 6 इनाम दिंदी है परम अच्छा। साहित्य सभ्याचार सम्मान अच्छा जी इस तरह कहानी ते नावल ते नाटक ते अच्छा जी साहित्यक देन ते और ये सालाना सम्मान जिहड़े आ साडे सदा दिल्ली दे सिरमौर साहित्यकारां नूं दित्ते जांदे आ अच्छा सिर्फ दिल्ली दे दिल्ली दे क्योंकि साडा अधिकार खेतर दिल्ली है केंद्र सरकार नहीं हैगी ना सिर्फ दिल्ली दी सरकार है और जिहदे च जिहड़ा सभ्याचारक सम्मान है क्योंकि सभ्याचार की कोई हद नहीं होती किताबां ने नावल या कहानी है एड्रेस होंदा छपी जी बंदा रहने वाला कित्थों दा सी हुण जे बंदे किसी ने कोई गीतक साहित्यक ना हो के सभ्याचार तौर पर संगीत के तौर पर बहुत वधिया काम किया तो उन्होंने अकैडमी सम्मान कर दी जिमें 2012 च इहदा सन्मान असीं कीता सीगा वो दिल्ली तो बाहर सीगे ते गुरदेव रपाणा जी अच्छा पर वो दिल्ली उदों छड चुकी सीगे अच्छा जदों असीं सन्मान कीता अच्छा ते इस तरह की वो बाउंडेशन नहीं सिर्फ साहित्यकार नाल है सभ्याचार नाल नहीं अच्छा हुण पर व्यक्ति कोई पंजाब च रहिंदा सी हरियाणे च रहिंदा सी जां भारत दे किसे होर कोने विच रहिंदा सी पर उहदी किताब कोई दिल्ली अकैडमी ने छापी है ओ उस पुरस्कार दा हकदार हो जाता जाने जिहड़ी अकैडमी दी किताब असीं खुद छापांगे अच्छा उहनूं इनाम नहीं दिया अच्छा उन्होंने देना वो तो क्योंकि साड़ी अपनी वो तो फिर हो गया ना कि असीं आप ही किताब छापांगे अपने मुड़ मुड़ अपने उहनूं नहीं असीं देना अच्छा सो बाहरला कोई भी हो सकता हाँ जी गुरराज साहब जिस तरह तुसीं दस रहे सी कि बहुत सारिया थावां दे उत्ते ओ जिहड़ी बाउंडरी वाली बंदिश नहीं ਤੁਸੀਂ ਦੱਸ ਰਹੇ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਸਾਹਿਤ ਵਾਸਤੇ ਸੱਭਿਆਚਾਰ ਵਾਸਤੇ ਕੰਮ ਕਰਦੇ ਆ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਆ ਕੋਈ ਜ਼ਿਕਰਯੋਗ ਹੈ ਜੀ ਹਾਂ ਇਹਦੇ 'ਚ ਇਸ ਤਰ੍ਹਾਂ ਕਿ ਜਿਹੜਾ ਸਾਹਿਤ ਪਰਮ ਸਾਹਿਤ ਸਨਮਾਨ ਹੈ ਉਹ ਦਿੱਲੀ ਦੇ ਵਾਸੀਆਂ ਵਾਸਤੇ ਹੀ ਹੈ ਜਿਹੜਾ ਸੱਭਿਆਚਾਰਕ ਹੈ ਕਿਉਂਕਿ ਕਿਸੇ ਨੇ ਸੰਗੀਤ 'ਚ ਸੇਵਾ ਕੀਤੀ ਹੈ ਕਿਸੇ ਨੇ ਇਹਦੇ 'ਚ ਮੀਡੀਆ 'ਚ ਆ ਜਾਂ ਕਿਸੇ ਨੇ ਫਿਲਮਾਂ 'ਚ ਅਤੇ ਉਹ ਜਿਵੇਂ ਅਸੀਂ ਪੂਰਨ ਸ਼ਾਹ ਕੁੱਟੀ ਉਹਨਾਂ ਨੂੰ ਦਿੱਤਾ ਉਸਤਾਦ ਲੋਕ ਨੇ ਉਸਤਾਦ ਲੋਕ ਨੇ ਉਹਨਾਂ ਦੀ ਦੇਣ ਜਿਹੜੀ ਬਹੁਤ ਵੱਡੀ ਹੈ ਇਸੇ ਤਰ੍ਹਾਂ ਹੀ ਸੁਖਵਿੰਦਰ ਨੂੰ ਦਿੱਤਾ ਜਿਹਨਾਂ ਨੇ ਐਨੀਮੇਟਡ ਬਾਬਾ ਬੰਦਾ ਬਹਾਦਰ ਵਾਲੇ ਉਹਨਾਂ ਨੂੰ ਦਿੱਤਾ ਔਰ ਐਤਕੀ ਅਸੀਂ ਸੰਗੀਤ ਸਮਰਾਟ ਜਿਹਨੂੰ ਅਸੀਂ ਕਿਹਾ ਸੀਗਾ ਉਹਨਾਂ ਨੂੰ ਜਦੋਂ ਮੈਂ ਸਗੋਂ ਪਹਿਲੀ ਵਾਰੀ ਫੋਨ ਕੀਤਾ ਚਰਨਜੀਤ ਅਹੂਜਾ ਸਾਹਿਬ ਉਹਨਾਂ ਨੂੰ ਸਨਮਾਨ ਦਿੱਤਾ ਅਤੇ ਉਹਨਾਂ ਨੇ ਸਗੋਂ ਮੈਨੂੰ ਹੱਸ ਕੇ ਕਿਹਾ ਵੀ ਇਹ ਦਿੱਲੀਓਂ ਫੋਨ ਕਰ ਰਹੇ ਹਾਂ ਕਿ ਪੰਜਾਬ ਤੋਂ ਮੈਂ ਕਿਹਾ ਜੀ ਦਿੱਲੀਓਂ ਅੱਛਾ ਅਤੇ ਪੰਜਾਬ ਵਾਲਿਆਂ ਨੂੰ ਤਾਂ ਮੇਰਾ ਚੇਤਾ ਨਹੀਂ ਆਇਆ ਤੈਨੂੰ ਕਿੱਥੋਂ ਬਹੁਤ ਕਮਾਲ ਦੀ ਵੈਸੇ ਇਹ ਇਹ ਗੱਲ ਤੁਸੀਂ ਇਹ ਇਸ ਤਰ੍ਹਾਂ ਕਿ ਹੁਣ ਚਰਨਜੀਤ ਅਹੂਜਾ ਨੂੰ ਸੰਗੀਤ ਦਾ ਸਨਮਾਨ ਦੇਣ ਵਾਸਤੇ ਉਹਦੇ ਵਾਸਤੇ ਹੱਦ ਬੰਨਾਂ 'ਤੇ ਆਪਾਂ ਰੱਖ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਸੰਗੀਤ ਜਿਹੜਾ ਉਹ ਪੰਜਾਬੀਆਂ ਦੀਆਂ ਉਹਨਾਂ ਨੇ ਸਾਰੀਆਂ ਸਰਹੱਦਾਂ ਤੋੜੀਆਂ ਅਤੇ ਇਹ ਅਕਾਦਮੀ ਦੇ ਹਿੱਸੇ ਆਇਆ ਮੈਨੂੰ ਇਸ ਗੱਲ 'ਤੇ ਬਹੁਤ ਫਖਰ ਹੈ ਕਿ ਦਿੱਲੀ ਸਰਕਾਰ ਵੱਲੋਂ ਅਸੀਂ ਇਹ ਸਨਮਾਨ ਜਿਹੜਾ ਉਹਨਾਂ ਨੂੰ ਦੇ ਸਕੇ ਹਾਂ ਔਰ ਇਹਦੇ 'ਚ ਸਾਡੀ ਕੋਸ਼ਿਸ਼ ਸਦਾ ਹੀ ਰਹਿੰਦੀ ਹੈ ਕਿ ਸਨਮਾਨ ਜਿਹੜਾ ਆ ਉਹ ਇਸ ਤਰ੍ਹਾਂ ਦਿੱਤਾ ਜਾਵੇ ਕਿ ਸਨਮਾਨ ਦੇਣ ਵਾਲੇ ਨੂੰ ਵੀ ਸਨਮਾਨ ਮਹਿਸੂਸ ਹੋਵੇ ਅਤੇ ਸਰਕਾਰ ਵੀ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਕਰੇ ਕਿ ਅਸੀਂ ਇੱਕ ਚੰਗਾ ਕੰਮ ਕੀਤਾ ਅਕਾਦਮੀ ਵੀ ਇਹ ਮਹਿਸੂਸ ਕਰੇ ਕਿ ਅਸੀਂ ਇੱਕ ਚੰਗਾ ਕੰਮ ਗੁਰਾਜ ਸਾਹਿਬ ਆਮ ਤੌਰ 'ਤੇ ਭਾਵੇਂ ਕਿਤੇ ਅਵਾਰਡ ਹੋਏ ਹੋਣ ਕਿਸੇ ਨੂੰ ਸਨਮਾਨ ਮਿਲਿਆ ਹੋਵੇ ਬਹੁਤ ਸਾਰੇ ਲੋਕ ਉਹਨਾਂ 'ਤੇ ਕਿੰਤੂ ਜ਼ਰੂਰ ਕਰਦੇ ਆ ਕਿ ਯਾਰ ਇਹ ਤਾਂ ਐਵੇਂ ਹੀ ਮਿਲ ਗਿਆ ਭਾਵੇਂ ਉਹ ਹੁਣ ਜਿਵੇਂ ਤੁਸੀਂ ਪੂਰਨ ਸ਼ਾਹ ਕੋਟੀ ਦੀ ਗੱਲ ਕੀਤੀ ਹੈ ਤੁਸੀਂ ਸੁਖਵਿੰਦਰ ਦੀ ਗੱਲ ਕੀਤੀ ਅਹੂਜਾ ਸਾਹਿਬ ਦੀ ਗੱਲ ਕੀਤੀ ਹੈ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕਰਕੇ ਅਤੇ ਆਪਣੇ ਆਪ ਨੂੰ ਬੰਦਾ ਸਨਮਾਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੇਖੋ ਇੱਕ ਸਾਡੀ ਉਹ ਜੋ ਫਿਤਰਤ ਵੀ ਹੈਗੀ ਹੈ ਪੰਜਾਬੀਆਂ ਦੀ ਵੀ ਅਸੀਂ ਕਿਸੇ ਹਰੇਕ ਕੰਮ 'ਤੇ ਕਿੰਤੂ ਪਰੰਤੂ ਤੱਕ ਕਰਨਾ ਹੀ ਸੋਚੇ ਸਮਝੇ ਕਰ ਹੀ ਦੇਣਾ ਪਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਨਮਾਨ ਜਿਹੜੇ ਆ ਉਹ ਅਸੀਂ ਦੇਈਏ ਉਹ ਬਿਲਕੁਲ ਇਸ ਤਰ੍ਹਾਂ ਹੋਣ ਕਿ ਸਨਮਾਨ ਅਨਾਊਂਸ ਹੁੰਦਿਆਂ ਇਸ ਗੱਲ ਦਾ ਬਹੁਤ ਸਾਰੇ ਬੰਨਿਓ ਇਸ ਗੱਲ ਦੀ ਵਧਾਈ ਆਵੇ ਵੀ ਕਿਆ ਵਧੀਆ ਕੰਮ ਹੁਣ ਮੈਨੂੰ ਇਹ ਦੱਸਿਓ ਜਿਵੇਂ ਹੁਣ ਸੰਗੀਤ ਜਗਤ ਦੀ ਤੁਸੀਂ ਗੱਲ ਕੀਤੀ ਹੈ ਜਾਂ ਸਿੰਗਰ ਨੇ ਉਹਨਾਂ ਨੇ ਹੰਸ ਰਾਜ ਹੰਸ ਸਾਬਰ ਕੋਟੀ ਬਹੁਤ ਕਮਾਲ ਦੇ ਕਲਾਕਾਰ ਪੈਦਾ ਕਰ ਦਿੱਤੇ ਪੂਰਨ ਸ਼ਾਹ ਕੋਟੀ ਹੋਰਾਂ ਨੇ ਇਹਨਾਂ ਨੂੰ ਕੌਣ ਚੁਣਦਾ ਕਿ ਉਹ ਜਿਹੜੇ ਤੁਹਾਡੇ ਉਸ ਪਤਵੰਤੇ ਸੱਜਣ ਇਸ ਸੰਸਥਾ ਵਿੱਚ ਨੇ ਉਹੀ ਨੇ ਕਿਉਂਕਿ ਹਰ ਵਿਅਕਤੀ ਨੂੰ ਹਰ ਇੱਕ ਫੀਲਡ ਦੀ ਨੌਲੇਜ ਨਹੀਂ ਹੋ ਸਕਦੀ ਕੌਣ ਚੁਣਦਾ ਕਿਵੇਂ ਚੁਣੇ ਜਾਂਦੇ ਮੈਂ ਤੁਹਾਨੂੰ ਦੱਸਦਾ ਜੀ ਉਹਦੇ 'ਚ ਇਸ ਤਰ੍ਹਾਂ ਕਿ ਸਾਡੀ ਜਿਹੜੀ ਗਵਰਨਿੰਗ ਕੌਂਸਲ ਆ ਜੀ ਉਹਦੇ 'ਚ ਸਾਰੇ ਜਿਹੜੇ ਸੱਜਣ ਨੇ
ਮੈਂਬਰ ਜਿਹੜੇ ਨੇ ਉਹ ਪੰਜਾਬੀ ਸਾਹਿਤ ਸੱਭਿਆਚਾਰ ਦੀਆਂ ਦਿੱਲੀ 'ਚ ਰਹਿੰਦੀਆਂ ਹੋਈਆਂ ਪ੍ਰਮੁੱਖ ਹਸਤੀਆਂ ਅਦਬੀ ਲੋਕ ਹੁੰਦੇ ਨੇ। ਇਹ ਉਹਨਾਂ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਬਕਾਇਦਾ ਇੱਕ ਕਮੇਟੀ ਬਣਾ ਕੇ, ਜਿਹਦੇ 'ਚ ਜੇ ਨਾਵਲ ਬਾਰੇ ਗੱਲ ਹੋਣੀ ਹੈ ਤਾਂ ਵਧੀਆ ਨਾਵਲਕਾਰ ਹੋਣ, ਜੇ ਕਵਿਤਾ ਦੇ ਕਿਤਾਬ ਬਾਰੇ ਹੋਣੀ ਹੈ ਤਾਂ ਕਵੀ ਉਹ ਹੋਣ, ਆਲੋਚਕ ਹੋਣ। ਇਸੇ ਤਰ੍ਹਾਂ ਹੀ ਜੇ ਪਰਮ ਸਾਹਿਤ ਦੀ ਹੈ, ਜੇ ਸੱਭਿਆਚਾਰ ਦੀ ਗੱਲ ਹੈ, ਤਾਂ ਉਸ ਖੇਤਰ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਹੀ ਡਿਸਾਈਡ ਕਰਦੇ ਆ। ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਮਿੰਟ 'ਚ ਬੈਠੇ ਹਾਂ ਦਵਾ ਦਵਾ ਡਿਸਾਈਡ ਕਰਦੇ ਬਕਾਇਦਾ, ਨਹੀਂ ਇਸ ਤਰ੍ਹਾਂ ਨਹੀਂ ਹੁੰਦਾ। ਬਕਾਇਦਾ ਕਮੇਟੀ ਬਣਦੀ ਕਿਉਂਕਿ ਸਰਕਾਰੀ ਤੌਰ 'ਤੇ ਆ, ਉਹਦੀ ਘੋਖ ਪੜਤਾਲ ਹੁੰਦੀ ਹੈ। ਸਰਕਾਰ ਸਦਾ ਆਪਣੇ ਕੀਤੇ ਲਈ ਕੰਮਾਂ ਲਈ ਜ਼ਿੰਮੇਵਾਰ ਹੁੰਦੀ ਹੈ, ਜ਼ਿੰਮੇਵਾਰ ਹੁੰਦੀ ਹੈ। ਹੁਣ ਅਕਾਦਮੀ ਬਹੁਤ ਪੁਰਾਣੀ ਹੈ, ਤੁਸੀਂ ਦੱਸ ਰਹੇ ਹੋ ਕਿ ਪੰਜਾਬ ਤੋਂ ਬਾਹਰ ਵੱਡੀ ਹੈ, ਨਾਮਵਰ ਹੈ, ਪੁਰਾਣੀ ਹੈ, ਲੋਕਾਂ ਦੇ ਵਿੱਚ ਇਸਦਾ ਖਾਸ ਸਥਾਨ ਹੈ, ਇਹ ਤਾਂ ਪੁਰਾਣੀ ਚੱਲਦੀ ਆ ਰਹੀ ਹੈ। ਜਦੋਂ ਤੋਂ ਤੁਸੀਂ ਦੱਸ ਰਹੇ ਹੋ ਕਿ 2016 ਤੋਂ ਤੁਸੀਂ ਇਸ ਨੂੰ ਜੁਆਇਨ ਕੀਤਾ, ਤੁਹਾਡੇ ਆਉਣ ਤੋਂ ਬਾਅਦ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਜਾਂ ਉਪਰਾਲਾ ਕੀਤਾ ਕਿ ਤੁਹਾਨੂੰ ਲੱਗੇ ਕਿ ਹਾਂ ਇਸ ਨੂੰ ਇੱਕ ਨਵੇਂ ਮੋੜ ਵੱਲ ਮੋੜੀਏ? ਉਹਦੇ 'ਚ ਇਸ ਤਰ੍ਹਾਂ ਜੀ ਕਿ ਪਹਿਲਾਂ ਨਾਲੋਂ ਅਸੀਂ 2-3 ਕੰਮ ਜਿਹੜੇ ਆ ਉਹ ਆਪਣੇ ਖੇਤਰ ਦੇ ਵਧਾਏ ਆ। ਕਿਹੜੇ? ਪਹਿਲਾਂ ਕੀ ਸੀਗਾ ਕਿ ਸਿਰਫ 12-13 ਵਰਕਸ਼ਾਪ ਲੱਗਦੀਆਂ ਸੀਗੀਆਂ ਜਿੱਥੇ ਬੱਚਿਆਂ ਨੂੰ ਗਿੱਧਾ, ਭੰਗੜਾ, ਨਾਟਕ ਸਿਖਾਇਆ ਜਾਂਦਾ ਸੀਗਾ। ਉਹ ਅਸੀਂ ਜਿਹੜੇ ਆ ਉਹ 45 ਦੇ ਕਰੀਬ ਕਰਦੇ ਆ। ਅੱਛਾ, ਦਿੱਲੀ ਦੇ ਹਰ ਖੇਤਰ 'ਚ। ਅਤੇ ਦੂਸਰਾ ਆ ਕਿ ਜਿਹੜੇ ਟੀਚਰਸ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵਧਾ ਦਿੱਤੀਆਂ। ਅੱਛਾ ਜੀ। ਔਰ ਤੀਸਰਾ ਹੈ ਕਿ ਜਿਹੜੇ ਪੰਜਾਬੀ ਦੇ ਸੈਂਟਰ ਨੇ ਜੀ, ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਉਹ ਅਸੀਂ ਗਰਮੀਆਂ ਦੀਆਂ ਛੁੱਟੀਆਂ 'ਚ 150 ਤੋਂ ਉੱਪਰ ਲੈ ਜਾਂਦੇ ਹਾਂ। ਅੱਛਾ ਜੀ। ਉਹਦੇ ਪਿੱਛੇ ਜਿਹੜਾ ਮੁੱਖ ਕਾਰਨ ਹੈ ਉਹ ਇਹ ਸੀਗਾ ਕਿ ਜਿਹੜੇ ਸਾਡੇ ਦਿੱਲੀ ਦੇ ਸਿੱਖਿਆ ਮੰਤਰੀ ਵੀ ਨੇ ਮਨੀਸ਼ ਸਿਸੋਦੀਆ ਜੀ, ਉਹਨਾਂ ਦੀ ਵੀ ਇਹੀ ਸੋਚ ਸੀ ਕਿ ਸਿੱਖਿਆ ਮੁੱਢਲਾ ਜਿਹੜਾ ਸਾਡਾ ਅਧਿਕਾਰ ਹੈ ਅਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇ। ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਜਿਹੜਾ ਆ ਐਜੂਕੇਸ਼ਨ 'ਤੇ ਬਹੁਤ ਕੰਮ ਕੀਤਾ, ਅਤੇ ਇਸ ਟੀਚੇ ਨਾਲ ਪੰਜਾਬੀ ਅਕੈਡਮੀ ਨੇ ਵੀ ਬੱਚਿਆਂ ਨੂੰ ਨਾਲ ਜੋੜਨ ਵਾਸਤੇ, ਤਾਂ ਕਿ ਉਹਨਾਂ 'ਚ ਪੰਜਾਬੀ ਦੀ ਸਮਝ ਪੈਦਾ ਹੋਵੇ, ਅਸੀਂ ਆਪਣੀ ਉਹ ਵਰਕਸ਼ਾਪ ਸੈਂਟਰ ਉਹ ਜਿਹੜੇ ਆ 2 ਤੋਂ ਜ਼ਿਆਦਾ ਕਰਦੇ ਆ। ਹੁਣ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਹੁਣ ਕੈਨੇਡਾ ਦੇ ਵੱਖੋ ਵੱਖ ਸ਼ਹਿਰ ਘੁੰਮੇ ਨੇ, ਬਹੁਤ ਸਾਰੇ ਲੋਕ ਹੋਣਗੇ ਉਹ ਬਹੁਤ ਸਾਰੀਆਂ ਵੱਡੀਆਂ ਸੰਸਥਾਵਾਂ ਵੱਲ ਵੇਖਦੇ ਰਹਿੰਦੇ, ਯਾਰ ਉਹ ਆਹ ਕਰਦੇ, ਆਪਾਂ ਨੂੰ ਆਹ ਕਰਨਾ ਚਾਹੀਦਾ। ਇੱਥੇ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਵਾਸਤੇ ਚਿੰਤਾ 'ਚ ਰਹਿੰਦੇ ਨੇ। ਸਾਨੂੰ ਜਾਂ ਸਾਡੇ ਬੱਚਿਆਂ ਵਾਸਤੇ ਤੁਸੀਂ ਵੇਖਿਆ ਹੋਣਾ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਤੁਹਾਨੂੰ ਲੱਗਦਾ ਕਿ ਸਾਨੂੰ ਵੀ ਕੋਈ ਖਾਸ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਨੇ? ਇੱਕ ਤਾਂ ਪਹਿਲੀ ਗੱਲ ਤਾਂ ਹੈ ਕਿ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰ ਹੋ ਜਿਹੜੇ ਭਾਰਤ ਤੋਂ ਬਾਹਰ ਬੈਠੇ ਹੋ। ਤੁਸੀਂ ਮਾਂ ਬੋਲੀ ਦਾ ਝੰਡਾ ਬਹੁਤ ਵਧੀਆ ਤਰ੍ਹਾਂ ਬੁਲੰਦ ਕੀਤਾ ਹੋਇਆ, ਬੜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਪੰਜਾਬੀ ਵਾਸਤੇ ਵਧੀਆ ਕੰਮ ਕਰ ਰਹੀਆਂ ਨੇ, ਅਤੇ ਉਹ ਪੰਜਾਬ ਨਾਲ ਵੀ ਉਹਨਾਂ ਦਾ ਬਹੁਤ ਰਾਬਤਾ ਆ। ਅਤੇ ਇੱਥੇ ਇੱਕ ਗੱਲ, ਮੈਂ ਤਾਂ ਤਕਰੀਬਨ ਇਹੀ ਗੱਲ ਹਰ ਵਾਰੀ ਕਹਿੰਦਾ ਹੁੰਦਾ ਕਿ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਪਹਿਲਾਂ ਅਸੀਂ ਪੰਜਾਬੀ ਜਿਹੜੇ ਆ ਨਾ ਉਹ ਆਪਣੀ ਮਾਨਸਿਕਤਾ ਨੂੰ ਇੰਨਾ ਮਜ਼ਬੂਤ ਕਰੀਏ ਕਿ ਅਸੀਂ ਪੰਜਾਬੀ ਪੰਜਾਬੀ ਨਾਲ ਪੰਜਾਬੀ ਬੋਲਣ 'ਤੇ ਮਾਣ ਕਰੇ। ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ। ਫਿਰ ਜਿਹੜੇ ਅਦਾਰੇ ਨੇ ਉਹਨਾਂ ਦਾ ਆਪਸੀ ਤਾਲਮੇਲ, ਅਦਾਰਿਆਂ ਦੀ ਆਪਸੀ ਖਿੱਚੋਤਾਣ ਘਟੇ, ਉਹ ਬਹੁਤ ਵਧੀਆ ਗੱਲ ਹੈ। ਹੋਰ ਸਾਡੇ ਬੱਚਿਆਂ ਵਾਸਤੇ ਕੁਛ ਤੁਹਾਨੂੰ ਲੱਗਦਾ ਹੋਵੇ? ਬੱਚਿਆਂ ਵਾਸਤੇ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਹੱਥ ਜੋੜ ਕੇ ਪਿਆਰ ਨਾਲ ਕਿ ਆਪਣੀ ਮਾਂ ਬੋਲੀ 'ਤੇ ਵਿਸ਼ਵਾਸ ਕਰੋ, ਉਹਦੇ 'ਤੇ ਮਾਣ ਕਰੋ। ਔਰ ਇਹ ਮਿੱਥ ਜਿਹੜੀ ਹੈ ਨਾ, ਇਹ ਬਿਲਕੁਲ ਗਲਤ ਆ ਕਿ ਪੰਜਾਬੀ ਸਿਰਫ ਗਿੱਧੇ ਅਤੇ ਭੰਗੜੇ ਵਾਸਤੇ ਆ। ਪੰਜਾਬੀ ਗਿਆਨ ਦੀ ਭਾਸ਼ਾ ਆ। ਪੰਜਾਬੀ 'ਚ ਗੁਰੂ ਨਾਨਕ ਸਾਹਿਬ ਨੇ, ਸਾਡੇ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵੱਡਾ ਗਿਆਨ ਹੈ। ਉਸ ਤੋਂ ਬਾਅਦ ਹੋਰ ਵੀ ਸਾਡੇ ਜਿਹੜੇ ਬਹੁਤ ਵਧੀਆ ਵਧੀਆ ਸਾਹਿਤਕਾਰ ਨੇ, ਉਹਨਾਂ ਨੇ ਬਹੁਤ ਵਧੀਆ ਸਾਹਿਤ ਲਿਖਿਆ, ਔਰ ਉਹਦੇ 'ਤੇ ਸਾਨੂੰ ਮਾਣ ਕਰਨਾ ਚਾਹੀਦਾ। ਗੁਰਾ ਸਾਹਿਬ, ਬਹੁਤ ਸਾਰੇ ਗੀਤ ਸੰਗੀਤ ਦਾ ਹੁਣ ਬੋਲਬਾਲ ਹੈ, ਬੋਲੀਵੁੱਡ ਫਿਲਮਾਂ ਤੱਕ ਵੀ ਸਾਡਾ ਪੰਜਾਬੀ ਗੀਤ ਸੰਗੀਤ ਗੂੰਜਦਾ, ਬਹੁਤ ਸਾਰੀਆਂ ਹਿੰਦੀ ਫਿਲਮਾਂ 'ਚ ਜੇ ਗੀਤ ਬੋਲ ਪੰਜਾਬੀ ਨੇ ਤਾਂ ਟਿਊਨ ਜ਼ਰੂਰ ਪੰਜਾਬੀ ਹੁੰਦੀ ਹੈ, ਤਰਜ਼ ਪੰਜਾਬੀ ਹੁੰਦੀ ਹੈ। ਸੰਗੀਤ ਸਾਡੇ ਨੇ ਤਾਂ ਸਭ ਨੂੰ ਸਰ ਕੀਤਾ। ਹੁਣ ਤੁਹਾਨੂੰ ਵੀ ਕਦੇ ਕਦੇ ਲੱਗਦਾ, ਬਹੁਤ ਸਾਰੇ ਲੋਕ ਚਿੰਤਾ 'ਚ ਨੇ, ਅਸੀਂ ਤਾਂ ਟੱਕੂਏ, ਬੰਦੂਕਾਂ, ਹਥਿਆਰਾਂ, ਨਸ਼ਿਆਂ ਦੀਆਂ ਗੱਲਾਂ ਪ੍ਰਮੋਟ ਅਕਸਰ ਗੀਤਾਂ ਵਿੱਚ ਕਰਦੇ ਹਾਂ, ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ? ਮੈਂ ਤੁਹਾਡੇ ਨਾਲ ਇਸ ਗੱਲ 'ਤੇ ਕਰਾਂ। ਪਹਿਲੀ ਗੱਲ ਤਾਂ ਹੈ ਕਿ ਜਿਹੜਾ ਹੁਣ ਸੰਗੀਤ ਆ ਇਹਦਾ ਮਿਆਰ ਜ਼ਰੂਰ ਡਿੱਗਿਆ ਇਹਦੇ 'ਚ ਕੋਈ, ਲੇਕਿਨ ਉਹਦੇ ਨਾਲ ਨਾਲ ਇਹ ਵੀ ਹੈ ਕਿ ਬਹੁਤ ਮਿਆਰੀ ਵੀ ਆ ਰਿਹਾ। ਪਰ ਜਿਹੜਾ ਅਸੀਂ ਇਹ ਸਾਰੇ ਇੱਕੋ ਦਮ ਇਹੀ ਪ੍ਰਚਾਰਨ ਲੱਗ ਗਏ ਨਾ ਕਿ ਸਾਡੀ ਜਵਾਨੀ, ਸਾਡਾ ਨੌਜਵਾਨ, ਇਹਨਾਂ ਗੀਤਾਂ ਨੇ, ਸੰਗੀਤਕਾਰਾਂ ਨੇ ਕਿਰਾਏ ਪਾ ਦਿੱਤਾ, ਮੈਂ ਨਿੱਜੀ ਤੌਰ 'ਤੇ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ। ਅੱਛਾ, ਵੇਖੋ ਜੇ ਤੁਸੀਂ ਪੁਰਾਣੀਆਂ ਗੀਤਾਂ ਦੀ ਗੱਲ ਕਰੋ ਤਾਂ ਮਿਰਜ਼ੇ ਦੇ ਕਿੱਸੇ 'ਚ ਵੀ ਆਉਂਦਾ ਨਾ 391 ਮਿਰਜ਼ੇ ਜੱਟ ਦੀ ਜੀ, ਅਤੇ ਉਹ ਆਉਂਦਾ ਵੀ ਮੈਂ ਤੇਰੇ ਭਰਾਵਾਂ ਨੂੰ ਇਕੱਲੇ ਇਕੱਲੀ ਵੰਡ ਦੂੰ। ਅੱਜ ਮੁੰਡਾ ਕਹਿੰਦਾ ਵੀ ਮੈਂ ਡਾਊਨ ਟਾਊਨ 'ਚ ਗੋਰੀਆਂ ਭਰਾ ਦੂੰ, ਉਦੋਂ ਤੀਰ ਸਨ ਅੱਜ ਗੋਲੀਆਂ ਨੇ। ਲੇਕਿਨ ਫਰਕ ਇਹ ਆ ਕਿ ਉਦੋਂ ਨੌਜਵਾਨ ਕੋਲੇ ਕੰਮ ਸੀ, ਅੱਜ ਨੌਜਵਾਨ ਸਾਡਾ ਬੇਰੁਜ਼ਗਾਰ ਹੈ, ਉਹਦੇ ਕੋਲੇ ਸੇਧ ਨਹੀਂ।
ਉਹ ਬੇਰੁਜ਼ਗਾਰ ਹੈ ਅਤੇ ਉਹ ਸਾਰਾ ਦਿਨ ਗੀਤਾਂ ਦਾ ਸਹਾਰਾ ਲਈ ਜਾਂਦਾ। ਜੇ ਨੌਜਵਾਨ ਨੂੰ ਕੰਮ ਮਿਲੇ, ਉਹਦੀ ਕੰਮ ਦੇ ਵਿੱਚ ਦਿਲਚਸਪੀ ਹੋਵੇ, ਤਾਂ ਇਹ ਗੀਤ ਸੰਗੀਤ ਉਹਨੂੰ ਨਹੀਂ ਵਿਗਾੜਦਾ। ਅੱਛਾ, ਕਿਉਂਕਿ ਅਸੀਂ, ਮੈਨੂੰ ਨਿੱਜੀ ਤੌਰ 'ਤੇ ਲੱਗਦਾ ਕਿ ਅਸੀਂ ਨਾ ਉਸ ਮੁੱਦੇ ਨੂੰ ਭਟਕ ਕੇ ਜਿਹੜਾ ਬੇਰੁਜ਼ਗਾਰੀ ਹੈ ਉਹਦੇ 'ਤੇ ਗੱਲ ਨਾ ਕਰਕੇ ਅਤੇ ਇਕੱਲੇ ਸੰਗੀਤ 'ਤੇ ਗੱਲ ਕਰਦੇ ਹਾਂ। ਮੈਂ ਜਿਹੜਾ ਸੰਗੀਤ ਚੱਲ ਰਿਹਾ ਜਿਹਦੇ 'ਚ ਬਹੁਤ ਕੁਛ ਮਾੜਾ ਆ, ਉਹ ਮੈਂ ਉਹਨੂੰ ਨਿੰਦਦਾ ਜੀ, ਪਰ ਇਹ ਗੱਲ ਨਹੀਂ ਕਿ ਸਾਰਾ ਕੁਝ ਸਾਰੇ ਦਾ ਸਾਰਾ ਕਸੂਰ ਹੀ ਸੰਗੀਤ ਦਾ, ਜਾਂ ਸਾਰਾ ਕੁਛ ਮਾੜਾ ਹੀ ਆ ਰਿਹਾ। ਸਾਰਾ ਕੁਛ ਮਾੜਾ ਆ ਰਿਹਾ, ਬਹੁਤ ਕੁਛ ਵਧੀਆ ਵੀ ਆ ਰਿਹਾ, ਅਤੇ ਜਿਹੜਾ ਅੱਜ ਮਾੜਾ ਆ ਰਿਹਾ ਇਵੇਂ ਦਾ ਬਹੁਤ ਪਹਿਲਾਂ ਵੀ ਆਉਂਦਾ ਸੀ ਜੀ। ਇਸ ਕਰਕੇ ਸ਼ਾਇਦ ਲੋਕ ਇਹਨੂੰ ਘਰਾਂ 'ਚ ਸੁਣਦੇ ਨਹੀਂ ਸੀ, ਬਾਹਰ ਮੋਟਰਾਂ ਤੱਕ ਹੀ ਸੀਮਤ ਸੀ। ਹੁਣ ਫਰਕ ਇਹ ਪੈ ਗਿਆ ਕਿ ਹੁਣ ਸਾਰਾ ਕੁਛ ਜਿਹੜਾ ਨਾ ਉਹ ਤੁਹਾਡੇ ਕੋਲ ਹੱਥ 'ਚ ਹੀ ਅਵੇਲੇਬਲ ਹੈ। ਪਹਿਲਾਂ ਬਹੁਤ ਘੱਟ ਸੀ, ਪਰ ਇਸ ਗੱਲ ਨੂੰ ਬੈਣੀਪਾਲ ਸਾਹਿਬ ਫਿਰ ਵੀ ਦੂਜੇ ਨਜ਼ਰੀਏ ਨਾਲ ਦੇਖਿਓ ਕਿ ਜਦੋਂ ਬੰਦਾ ਕੰਮ ਕਰ ਰਿਹਾ ਹੋਵੇ, ਸਾਰਾ ਦਿਨ ਕੰਮ ਦਾ ਟੁੱਟਿਆ ਭੱਜਿਆ ਹੋਵੇ, ਅਤੇ ਉਹ ਇਸ ਗੀਤ ਸੰਗੀਤ ਦਾ ਬਹੁਤਾ ਸਹਾਰਾ ਨਹੀਂ ਲੈਂਦਾ, ਇਹਨੂੰ ਸਿਰਫ ਮਨ ਪਰਚਾਵੇ ਲਈ ਅੱਧਾ ਘੰਟਾ ਸੁਣੇਗਾ। ਜਦੋਂ ਸਾਰਾ ਦਿਨ ਵਿਹਲੇ ਹੋਣਾ, ਸਾਰਾ ਕੁਝ ਹੀ ਤੁਸੀਂ ਆਉਣਾ, ਔਰ ਇਹਦੇ 'ਚ ਬਹੁਤ ਗਲਤ ਵੀ ਪਰੋਸਿਆ ਜਾ ਰਿਹਾ ਜੀ। ਹੁਣ ਅੱਜ ਸਮੇਂ ਦੀ ਗੱਲ ਕਰੀਏ, ਲਗਭਗ ਆਪਾਂ ਆਖਰੀ ਮੰਜ਼ਿਲ 'ਤੇ ਹਾਂ। ਮੈਂ ਵੇਖਿਆ ਕਿ ਅਖਬਾਰ ਸੀ ਉਹ ਵੀ ਔਨਲਾਈਨ ਪੜ੍ਹੇ ਜਾਣ ਲੱਗ ਪਏ ਆ, ਕੰਮ ਡਿਜੀਟਲ ਰੂਪ ਹੋ ਗਿਆ ਸਾਰੀ, ਜਿੱਦਾਂ ਪਹਿਲਾਂ ਤੁਸੀਂ ਦੱਸਿਆ ਕਿ ਤਵੇ ਸੀ, ਫਿਰ ਰੀਲ ਕਾਸਟ ਕੈਸਟ ਯੁੱਗ ਆ ਗਿਆ, ਫਿਰ ਸੀਡੀਜ਼ ਆ ਗਈ, ਹੁਣ ਉਹ ਸਭ ਕੁਝ ਖਤਮ ਹੁੰਦਾ ਜਾ ਰਿਹਾ, ਔਨਲਾਈਨ ਰਹਿ ਗਿਆ। ਕਿ ਤੁਸੀਂ ਵੀ ਸੋਚਦੇ ਹੋ ਕਿ ਜਿਹੜੀਆਂ ਕਿਤਾਬਾਂ ਛਾਪਦੇ ਹੋ ਨਾਲ ਨਾਲ ਆਉਣ ਵਾਲੇ ਸਮੇਂ 'ਚ, ਜਾਂ ਤੁਸੀਂ ਕਰਦੇ ਹੀ ਹੋ ਕਿ ਔਨਲਾਈਨ ਵੀ ਹੋਣ? ਦੇਖੋ ਇਹਦੇ 'ਚ ਮੈਂ ਤੁਹਾਨੂੰ ਦੱਸਾਂ, ਔਨਲਾਈਨ ਸਾਰਾ ਕੁਛ ਹੋ ਗਿਆ, ਪੰਜਾਬੀ ਅਕਾਡਮੀ ਵੀ ਇਹੀ ਕੋਸ਼ਿਸ਼ ਕਰ ਰਹੀ ਹੈ। ਸਾਡੀ, ਤੁਸੀਂ ਸੋਸ਼ਲ ਮੀਡੀਆ 'ਤੇ ਸਾਡਾ ਫੇਸਬੁੱਕ ਦੇਖੋ, ਉਹ ਪੰਜਾਬੀ ਅਕੈਡਮੀ ਦਿੱਲੀ ਦੇ ਨਾਂ 'ਤੇ ਹੈ। ਇਸ ਤਰ੍ਹਾਂ ਯੂਟਿਊਬ ਚੈਨਲ ਸਾਡਾ ਆ, ਉਹ ਵੀ ਪੰਜਾਬੀ ਅਕੈਡਮੀ ਦੇ ਦਿੱਲੀ ਦੇ ਨਾਂ 'ਤੇ ਆ। ਉੱਥੇ ਸਾਰਾ ਕੁਝ ਅਸੀਂ ਪਾ ਰਹੇ ਹਾਂ ਔਨਲਾਈਨ, ਅਸੀਂ ਆਪਣੀਆਂ ਕਿਤਾਬਾਂ ਨੂੰ ਵੀ ਔਨਲਾਈਨ ਕਰ ਰਹੇ ਹਾਂ, ਸਮਦਰਸ਼ੀ ਨੂੰ ਵੀ ਕਰ ਰਹੇ ਹਾਂ। ਸਾਡੀਆਂ ਕੋਸ਼ਿਸ਼ਾਂ ਨੇ ਬਹੁਤ ਛੇਤੀ ਇਹਦੇ ਸਾਰਥਕ ਸਿੱਟੇ ਆਉਣਗੇ। ਪਰ ਜਿਹੜੀ ਇਹ ਗੱਲ ਕਹਿਣੀ ਨਾ ਵੀ ਸਾਰਾ ਕੁਛ ਔਨਲਾਈਨ ਹੋ ਗਿਆ ਅਤੇ ਕਿਤਾਬਾਂ ਦੀ ਸਾਰਥਕਤਾ ਘੱਟ ਜੂਗੀ, ਕਿਤਾਬ ਛਾਪਣ ਦੇ ਨਾਲ ਨਾਲ ਕਿਹਾ ਜੀ ਮੈਂ, ਹਾਂ ਕਿਤਾਬ ਛਾਪਣ ਦੇ ਨਾਲ ਨਾਲ ਇਹ ਗੱਲ ਕਰਨੀ ਚਾਹੀਦੀ ਹੈ, ਪਰ ਕਿਤਾਬ ਦੀ ਸਾਰਥਕਤਾ ਮੈਨੂੰ ਨਹੀਂ ਲੱਗਦਾ ਘਟੇਗੀ। ਕਿਤਾਬ ਆਪਣੇ ਆਪ 'ਚ ਇੱਕ ਵਧੀਆ ਮਿੱਤਰ ਹੈ ਜੀ, ਸਭ ਤੋਂ ਮੇਰੇ ਖਿਆਲ ਦੇ ਵਿੱਚ ਅਸਲੀ ਅਤੇ ਸੱਚਾ ਮਿੱਤਰ ਹੈ, ਸੱਚਾ ਮਿੱਤਰ, ਉਹਨੇ ਤੁਹਾਨੂੰ ਗਲਤ ਨਹੀਂ ਦੱਸਿਆ। ਇਹਦੇ 'ਚ ਤੁਸੀਂ ਵੇਖੋ ਨਾ, ਇੱਕ ਵਾਰੀ ਜਦੋਂ ਇਹ ਟੀ ਵੀ ਚੈਨਲ ਆਏ ਸੀਗੇ ਜੀ ਅਤੇ ਸੀਰੀਅਲ ਆਉਣ ਲੱਗ ਗਏ, ਅਤੇ ਉਦੋਂ ਇਹ ਹੋ ਗਿਆ ਕਿ ਨਾਟਕ ਤਾਂ ਖਤਮ ਹੋ ਜਾਏਗਾ, ਲੇਕਿਨ ਦੇਖੋ ਉਹ ਨਾਟਕ ਖਤਮ ਨਹੀਂ ਹੋਇਆ, ਉਹ ਉਵੇਂ ਦਾ ਉਵੇਂ ਬਰਕਰਾਰ ਹੈ ਜੀ। ਇਸੇ ਤਰ੍ਹਾਂ ਹੀ ਕਿਤਾਬਾਂ ਦੀ ਸਾਰਥਕਤਾ ਸਦਾ ਰਹੇਗੀ, ਬਹੁਤ ਵਧੀਆ ਦੋਸਤ ਨੇ, ਪਰ ਨਾਲ ਨਾਲ ਔਨਲਾਈਨ ਸਮੇਂ ਦੇ ਹਾਣ ਦਾ ਹੋਣਾ ਤਾਂ ਬਹੁਤ ਜ਼ਰੂਰੀ ਹੈ। ਗੁਰਾਂ ਸਾਹਿਬ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਲਗਭਗ ਸਮਾਂ ਸਮਾਪਤ ਹੈ, ਅਖੀਰ ਦੇ ਵਿੱਚ ਜਿਹੜੇ ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਦਰਸ਼ਕ ਬੈਠੇ ਵੇਖ ਰਿਹਾ, ਕੀ ਕਹੋਗੇ? ਇਹਨਾਂ ਦਰਸ਼ਕਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਮੁਹੱਬਤਾਂ ਵੰਡੋ, ਪੰਜਾਬੀ ਨੂੰ ਪਿਆਰ ਕਰੋ, ਔਰ ਆਪਣੀ ਮਾਂ ਬੋਲੀ 'ਤੇ ਮਾਣ ਕਰੋ ਜੀ। ਗੁਰਾਂ ਸਾਹਿਬ, ਸਮਾਂ ਸਾਂਝਾ ਕਰਨ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ, ਫਿਰ ਕਿਤੇ ਸਬਾਬਣੀਆਂ ਗੱਲਾਂ ਬਾਤਾਂ ਕਰਾਂਗੇ ਜੀ, ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਵਾਸਤੇ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਵੀ ਬੈਣੀਪਾਲ ਸਾਹਿਬ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸਨ ਦਿੱਲੀ ਅਕਾਦਮੀ ਦੇ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਗੁਰਾਇਆ, ਜਿਨ੍ਹਾਂ ਨੇ ਬਹੁਤ ਸਾਰੀਆਂ ਖੁੱਲ੍ਹੀਆਂ ਅਤੇ ਕੀਮਤੀ ਗੱਲਾਂ ਬਾਤਾਂ ਪੰਜਾਬੀਅਤ ਦੇ ਨਾਲ ਜੁੜੀਆਂ ਤੁਹਾਡੇ ਅਤੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ ਹੈ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ, ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ ਤੁਹਾਡੇ ਲਈ ਦਵਿੰਦਰ ਸਿੰਘ ਬੈਣੀਪਾਲ ਆ ਕਿਆ ਚਾਹੁੰਦਾ ਹੈ। ਸਤਿ ਸ਼੍ਰੀ ਅਕਾਲ। ਯੂਕੇ ਸਮੇਤ ਪੂਰੇ ਯੂਰਪ 'ਚ ਵਸਦੇ ਪੰਜਾਬੀ ਗ੍ਰੇਟ ਏਸ਼ੀਆ ਟੀਵੀ ਦੇ ਨਾਲ ਹੁਣ ਪ੍ਰਾਈਮ ਏਸ਼ੀਆ ਟੀਵੀ ਦੇ ਵਰਲਡ ਫੇਮਸ ਪੰਜਾਬੀ ਸ਼ੋਜ਼ ਵੀ ਦੇਖ ਸਕਦੇ ਨੇ, ਜਿਵੇਂ ਪ੍ਰਾਈਮ ਡਿਸਕਸ਼ਨ, ਖਬਰ ਦੀ ਖਬਰ, ਜੱਜ ਦਾ ਵਿਚਾਰ, ਪ੍ਰਾਈਮ ਫੋਕਸ, ਪ੍ਰਾਈਮ ਵੂਮੈਨ, ਪ੍ਰਾਈਮ ਟਾਈਮ, ਪ੍ਰਾਈਮ ਜ਼ਿੰਦਗੀ, ਪ੍ਰਾਈਮ ਚਰਚਾ, ਪ੍ਰਾਈਮ ਨਿਊਜ਼ ਤੇ ਹੋਰ ਵੀ ਬਹੁਤ ਸਾਰੇ ਸ਼ੋਜ਼। ਸੋ 50 ਦੇ ਕਰੀਬ ਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਟੀਵੀ ਸੈੱਟਸ 'ਤੇ ਸਕਾਈ ਟੀਵੀ ਚੈਨਲ 743, ਵਰਜਨ ਟੀਵੀ ਚੈਨਲ 840, ਫ੍ਰੀ ਵਿਊ ਚੈਨਲ ਨੰਬਰ 264 'ਤੇ 9 ਅਗਸਤ 2018 ਤੋਂ ਆਨਵਰਡਸ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।